ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀਆਂ ਖਬਰਾਂ ਵਿਸਤਾਰ ਨਾਲ ਤੁਹਾਨੂੰ ਲੈ ਚੱਲਦੇ ਹਾਂ ਜਲੂਰ, ਜਿੱਥੋਂ ਖਬਰ ਆ ਰਹੀ ਹੈ ਕਿ ਪੁਲਿਸ ਵੱਲੋਂ ਖੂੰਖਾਰ ਬਦਮਾਸ਼ ਸੈਂਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਉਹੀ ਸੈਂਟੀ ਬਦਮਾਸ਼ ਹੈ ਜੋ ਕੁਝ ਸਾਲ ਪਹਿਲਾਂ ਛੋਟੇ ਮੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਤੋਂ ਹਫ਼ਤਾ ਵਸੂਲੀ ਕਰਿਆ ਕਰਦਾ ਸੀ ਅਤੇ ਹੌਲੀ ਹੌਲੀ ਇਹ ਸੁਪਾਰੀ ਕਿੱਲਰ ਬਣ ਗਿਆ। ਪੁਲਿਸ ਨੂੰ ਇਹਦੀ ਬਹੁਤ ਚੇਰ ਤੋਂ ਭਾਲ ਸੀ। ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਸਾਡੇ ਲਾਈਵ ਰਿਪੋਰਟਰ ਰਵਿੰਦ ਚਕਸ਼ੂ ਕੋਲ, ਜਿੱਥੋਂ ਤੁਸੀਂ ਇਹ ਸਾਰਾ ਲਾਈਵ ਦੇਖ ਸਕਦੇ ਹੋ। ਕਿਆ ਬਣਨਾ ਚਾਹਤੇ ਹੋ? ਡੌਨ ਬਣਨਾ ਚਾਹਤਾ ਹੂੰ ਜੀ ਮੈਂ। ਬਚਪਨ ਸੇ ਸ਼ੌਕ ਹੈ ਬਦਮਾਸੀ ਕਾ, ਖਲਨਾਇਕ। ਸੰਜੇ ਦੱਤ ਬਣਨਾ ਚਾਹਤੇ ਹੋ? ਸੰਜੇ ਦੱਤ ਹੀ ਹੂੰ ਜੀ ਮੈਂ, ਖਲਨਾਇਕ। 10 ਅਕਤੂਬਰ ਰਾਤ ਕੋ 10 ਵਜੇ ਸੈਂਟੀ ਤੁਮਾਰੀ ਜੇਲ ਸੇ ਫਰਾਰ। आप हर बार जेल से भाग जाते हो, पिछली बार भी आपने पुलिस को पहले ही बता दिया था कि मैं जेल से भाग जाऊंगा। जी बोल के भागा था वो बैरक के अंदर, मैंने 3 दिन पहले ही बोल दिया था कि मैं कस्टडी से भाग जाऊंगा, उसी दिन भाग गया था जी मैं। माई का लड़ पकड़ ही नहीं पाया कोई। इस बार जेल जाओगे तो कितने दिन रहोगे जेल में? मुश्किल से मुश्किल छह महीने के बाद सेंटी फिर तुम्हारी जेल से फरार। इस बार बाहर से भागूंगा जी मैं, बहुत मुकदमे हैं मेरे पे बाहर के। आज किस पे फायरिंग की थी आपने? इंस्पेक्टर साहब पे। क्यों? बस शौक है जी मुझे, मेरी मर्जी, ऐसे ही करूंगा बदमस्सी। वो तो इंस्पेक्टर साहब मुझे पकड़ने के चक्कर में मर जाना था उन्होंने। मैं बदमाश हूँ जी, मेरा बाप बदमाश था, बदमाशी का शौक है मुझे, बदमाशी करूँगा। भाई ओ भाई उठ जा, देख सूरज चढ़ गया, धुप देख लै किन्नी निकली। यार सवेरे सवेरे जान लेनी करी, मैं कड़ा यार साला ड्यूटी तो लेट होना। अच्छा तू तो ड्यूटी तो नहीं लेट हो रहा, मैं तो ड्यूटी ते हैं। आला फड़ चा फड़ ला हुण। अच्छा क्यों सवेरे सवेरे में गुस्से च होई जाना? ओ भरावा गुस्से नहीं हो रहा, मैं गुस्से होके किथे जाऊंगा, रब ने जो तेरे पले पाता। ਚਾਹ ਕੈਂਡ ਬਣਾਈ ਪੱਕੀ ਗੱਲ ਹੈ। ਨਾਲੇ ਭਰਾਵਾ ਰੱਬ ਨੇ ਦੋਨਾਂ ਨੂੰ ਆਪਾਂ ਨੂੰ ਇੱਕ ਦੂਜੇ ਦੇ ਪੱਲੇ ਪਾਇਆ, ਇਹ ਤਾਂ ਹੈ ਬਾਈ। ਨਾਲੇ ਤੇਰੇ ਬਿਨਾਂ ਮੇਰਾ ਹੈ ਹੀ ਕੌਣ? ਹੈ ਪੱਕੀ ਗੱਲ ਹੈ ਬਾਈ। ਤੂੰ ਸਵੇਰੇ ਸਵੇਰੇ ਨਾ ਇਮੋਸ਼ਨਲ ਨਾ ਕਰ, ਉੱਠ ਕੇ ਨਾ ਨਹਾ ਕੇ ਕੰਮ ਕਰ ਕਰੀਏ ਕੋਈ, ਚੱਲ। ਕੋਈ ਨਾ ਮੈਨੂੰ ਥੋੜ੍ਹਾ ਸੈੱਟ ਹੋ ਜਾਣ ਦੇ, ਵੱਡੀ ਸਾਰੀ ਦੁਕਾਨ ਬਣਾ ਕੇ ਦੂੰਗਾ ਕੌਫੀ ਵਾਲੀ। ਉਹ ਬਾਈ ਤੂੰ ਰਹਿਣ ਦੇ, ਤੇਰੀ ਨੌਕਰੀ ਕਰਦਾ ਨਾ ਠੀਕ ਹੈ, ਤੈਨੂੰ ਸੰਭਾਲ ਰਿਹਾ ਉਹੀ ਬਹੁਤ ਹੈ, ਆ ਲੋਕਾਂ ਨੂੰ ਕਿੱਥੇ ਸੰਭਾਲਦਾ ਫਿਰੂੰਗਾ ਮੈਂ। ਗਰੀਬ ਲੋਕ, ਚੱਲ
ਚੱਲੀਏ ਫਿਰ। ਚੱਲ ਰੁਕ ਲੈ ਰੁਕ ਲੈ ਰੁਕ ਆਪਣਾ ਉਰੇ ਚੱਲ ਬਾਈ ਤੇ ਚੱਲ ਲਿਆ ਫੜਾ ਉਰੇ ਉਹ ਕੋਈ ਨਾ ਫੜਾ ਦੇ ਲਿਆ ਬਾਈ। ਬਾਈ ਜੀ 5-6 ਦਿਨਾਂ ਤੋਂ ਕੰਮ ਨਹੀਂ ਚੱਲ ਰਿਹਾ ਜੀ, ਬਿਲਕੁਲ ਕਮਾਈ ਨਹੀਂ ਹੋਈ ਜੀ, ਇਸ ਵਾਰ ਛੱਡ ਦਿਓ ਅਗਲੀ ਵਾਰ ਲੈ ਜਿਓ ਜੀ। ਹੈਂ ਬਾਈ ਕਹਿੰਦਾ ਕੰਮ ਨਹੀਂ ਚੱਲਿਆ 5-6 ਦਿਨਾਂ ਤੋਂ। ਮੇਰਾ ਸਾਲਾ ਮੇਰੇ ਨਾਲ ਚਲਾਕੀ ਹੋਏ ਉਰੇ ਤਲਾਸੀ ਲੈ ਰਹੀ ਸਾਲੀ ਉਰੇ ਆ ਓਏ ਇੱਧਰ ਇੱਧਰ ਉਰੇ ਆ ਉਰੇ ਬਾਈ ਆ ਦੇਖ ਕਹਿੰਦਾ ਕੰਮ ਨਹੀਂ ਚੱਲਦਾ ਲੈ ਬੰਦਾ ਕਹਿੰਦਾ ਕੰਮ ਨਹੀਂ ਚੱਲਿਆ ਓਏ ਆ ਗਈ ਐਂ ਕਰੀ ਹੁਣ ਕਿਹ ਨਹੀਂ ਕੰਮ ਨਹੀਂ ਚੱਲਿਆ ਅੰਬ ਪੰਬ ਪਾ ਦੇ ਜਲਦੀ ਪਾ ਬਾਈ ਪਾ ਵਾ ਫੜਾ ਉਰੇ ਚੱਲ ਬਾਈ ਉੱਤਰ ਜਲਦੀ ਓਨਾ ਹੋਇਆ ਇੰਨਾ ਵੱਡਾ ਟੋਇਆ ਤੈਨੂੰ ਨਜ਼ਰ ਨਹੀਂ ਆਇਆ ਸਾਰਾ ਚਿੱਕੜ ਉੱਤੇ ਪਾਤਾ ਮਾਫ ਕਰਨਾ ਹੀ ਸਾਨੂੰ ਆ ਟੋਇਆ ਦਿਖਿਆ ਹੀ ਨਹੀਂ ਓਨਾ ਦਿਸਣਾ ਤੈਨੂੰ ਕਿੱਥੇ ਹੈ ਧਿਆਨ ਤੇਰਾ ਪਤਾ ਨਹੀਂ ਕਿੱਥੇ ਹੋਊਗਾ ਹੈ ਤੇਰੇ ਵਰਗੇ ਤਾਂ ਓਨਾ ਵਿੱਚੋਂ ਹੈ ਜਿਹੜੇ ਖੜੇ ਲੋਕਾਂ ਤੇ ਮੋਟਰਸਾਈਕਲ ਚਲਾ ਦੇਣ ਲੈ ਦੱਸੋ ਜੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਲੈ ਮੈਂ ਸਾਫ਼ ਬਕਵਾਸ ਨਾ ਕਰ ਮੇਰੇ ਨਾਲ ਚੰਗਾ ਨਹੀਂ ਤਾਂ ਹੁਣੇ ਤੇਰਾ ਦਿਮਾਗ ਸੈੱਟ ਕਰ ਦੂੰ ਮੈਂ ਦਿਸਿਆ ਨਹੀਂ ਇਹਨੂੰ ਤੁਸੀਂ ਗੁੱਸਾ ਕਾਹਤੇ ਕਰਦੇ ਹੋ ਜੀ ਕੱਪੜੇ ਸਾਡੇ ਘਰ ਪਹੁੰਚਾ ਦਿਓ ਮੈਂ ਧੋ ਦੂੰਗਾ ਊਂ ਤਾਂ ਵੀ ਤੂੰ ਨਹੀਂ ਹੈ ਗੁੱਸਾ ਨਾ ਕਰੋ ਜੀ ਤੁਸੀਂ ਚੁੱਪ ਕਰ ਜਾਓ ਕਦੋਂ ਅਜਿਹਾ ਹੈ ਉਹ ਪਹਿਲਾਂ ਨਜ਼ਰ ਨਹੀਂ ਆਇਆ ਉਹਨਾ ਦਿਸਣਾ ਤੈਨੂੰ ਕਿੱਥੇ ਹੈ ਧਿਆਨ ਤੇਰਾ ਪਤਾ ਨਹੀਂ ਕਿੱਥੇ ਹੋਊਗਾ ਹੈ ਕਿਤੇ ਇਹਦੇ ਨਾਲ ਨਾਲ ਨਾ ਤੂੰ ਵੀ ਮੇਰੇ ਤੋਂ ਛਿੱਤਰ ਨਾ ਖਾ ਲਈ ਤੁਸੀਂ ਗੁੱਸਾ ਕਾਹਤੇ ਕਰਦੇ ਹੋ ਜੀ ਕੱਪੜੇ ਸਾਡੇ ਘਰ ਪਹੁੰਚਾ ਦਿਓ ਮੈਂ ਧੋ ਦੂੰਗਾ ਚੁੱਪ ਕਰ ਜਾਓ ਕਦੋਂ ਅਜਿਹਾ ਉਹ ਪਹਿਲਾਂ ਜ਼ਮੀਨ ਤੋਂ ਬਾਹਰ ਆ ਜਾ ਬਕਵਾਸ ਮਾਰਦਾ ਕਿਤੇ ਇਹਦੇ ਨਾਲ ਨਾਲ ਨਾ ਤੂੰ ਵੀ ਮੇਰੇ ਤੋਂ ਛਿੱਤਰ ਨਾ ਖਾ ਲਈ ਚਲੋ ਚਲੋ ਦਫਾ ਹੋ ਇੱਥੋਂ ਅਨੇਹਾ ਪੁੱਤ ਸੌਣ ਤੋਂ ਪਹਿਲਾਂ ਦੁੱਧ ਪੀ ਲਓ ਪੀਹੂ ਬੱਚੇ ਦੁੱਧ ਪੀ ਲੈ ਪਹਿਲਾਂ ਨਹੀਂ ਮੰਮਾ ਹਲੇ ਦੁੱਧ ਨਹੀਂ ਪੀਣਾ ਕਹਾਣੀ ਸੁਣਨ ਤੋਂ ਬਾਅਦ ਪੀਊਂਗੀ ਚਾਚਾ ਜੀ ਮੈਂ ਪੀਹੂ ਨੂੰ ਪਹਿਲਾਂ ਕਹਾਣੀ ਸੁਣਾ ਦਾਂ ਫਿਰ ਅਸੀਂ ਦੁੱਧ ਪੀ ਕੇ ਸੌ ਜਾਵਾਂਗੇ ਮੈਂ ਕਿੰਨੇ ਸਾਲਾਂ ਤੋਂ ਦੇਖ ਰਿਹਾ ਤੂੰ ਪੀਹੂ ਨੂੰ ਉਹੀ ਪੁਰਾਣੀ ਕਹਾਣੀ ਸੁਣਾਉਣੀ ਹੈ ਦੂਜੀ ਕਹਾਣੀ ਸੁਣਾਉਣ ਦੀ ਮੇਰੇ 'ਚ ਹਿੰਮਤ ਨਹੀਂ ਹੈ ਚਾਚਾ ਜੀ ਮੈਂ ਤਾਂ ਪਹਿਲੀ ਕਹਾਣੀ ਨਹੀਂ ਭੁੱਲ ਪਾ ਰਹੀ ਮੈਂ ਤੇਰਾ ਦੁੱਖ ਸਮਝਦਾ ਪੁੱਤ ਮੰਮਾ ਮੰਮਾ ਕਹਾਣੀ ਸੁਣਾਓ ਨਾ ਹਾਂ ਪੁੱਤ ਆ ਜਾ ਆ ਮੇਰਾ ਪੁੱਤ ਇੱਕ
ਇੱਕ ਨਾ ਰਾਜਾ ਸੀ, ਉਹਦੀ ਇੱਕ ਰਾਣੀ ਸੀ, ਤੇ ਉਹਨਾਂ ਦੋਨਾਂ ਦੀ ਇੱਕ ਬਹੁਤ ਹੀ ਪਿਆਰੀ, ਬਿਲਕੁਲ ਤੇਰੇ ਵਰਗੀ ਰਾਜਕੁਮਾਰੀ ਸੀ। ਇੱਕ ਦਿਨ ਰਾਜਾ ਲੜਾਈ ਲੜਨ ਗਿਆ, ਮੁੜ ਕੇ ਨਹੀਂ ਪਰਤਿਆ। ਬਾਈ ਜੀ ਹੁਕਮ। ਅੱਜ ਤਾਂ ਅਸੀਂ ਬਦਮਾਸ਼ਾਂ ਦੀ ਭਰਤੀ ਦੇ ਇੰਟਰਵਿਊ ਰੱਖੇ ਆ, ਨਾਲੇ ਅਸੀਂ ਨਵੇਂ ਆਫਿਸ ਦੀ ਭਾਲ ਵੀ ਕਰ ਰਹੇ ਹਾਂ। ਜਨਾਬ, ਬਦਮਾਸ਼ੀ ਅੱਜ ਕੱਲ੍ਹ ਔਰਗਨਾਈਜ਼ ਸੈਕਟਰ 'ਚ ਆ ਗਈ ਹੈ, ਕਾਰਪੋਰੇਟ ਕਲਚਰ ਤੋਂ ਘੱਟ ਥੋੜ੍ਹੀ ਹੈ। ਤੁਹਾਡਾ ਕੰਮ ਕੱਲ੍ਹ ਲਾਜ਼ਮੀ ਕਰ ਦਿਆਂਗੇ। ਓਕੇ ਜੀ। ਅੱਛਾ ਜੀ, ਠੀਕ ਹੈ ਠੀਕ ਹੈ ਜੀ, ਕੋਈ ਗੱਲ ਨਹੀਂ ਜੀ। ਕੌਣ ਹੋ ਤੁਸੀਂ, ਕਿਉਂ ਮਾਰੀ ਕਿਉਂ ਜਾਂਦੇ ਹੋ? ਇਹ ਤਾਂ ਉਹੀ ਗੱਲ ਹੋ ਗਈ, ਬਈ ਹਿਰਨ ਸ਼ੇਰ ਤੋਂ ਡੰਟੀ ਕਾਰਡ ਪੁੱਛਦੇ ਫਿਰਦੇ ਆ। ਕਿਉਂ ਬੰਨੂ? ਤੇਰਾ ਬਸ ਇੰਨਾ ਕੰਮ ਹੈ ਬਈ ਤੇਜੀ ਬਾਈ ਦੀ ਗੱਲ ਨੂੰ ਸੁਣੇ ਤੇ ਮੰਨੇ, ਨਹੀਂ ਤਾਂ ਖੋਪੜ ਵਿੱਚ ਨਪਿੱਤਲ ਵਾੜ ਦਿਆਂਗੇ। ਬਈ ਵੇਚਣ ਵਾਸਤੇ ਕਬਾੜੀਆਂ ਨੂੰ ਟੈਂਡਰ ਚੁਕਾਉਂਦੇ ਫਿਰੋਗੇ। ਜਿਵੇਂ ਤੁਸੀਂ ਕਹੋਗੇ ਜੀ, ਮੈਨੂੰ ਛੱਡ ਦਿਓ ਜੀ, ਬਸ ਮੈਨੂੰ ਛੱਡ ਦੇ ਸਵਰਿਆਂ ਨੂੰ। ਬਾਈ, ਤੂੰ ਕੱਲ ਬੋਲਿਆ ਕਾਹਤੇ ਨਹੀਂ? ਉਹ ਅਗਲੀ ਕਿੰਨਾ ਕੁਛ ਬੋਲ ਕੇ ਚਲੇਗੀ ਤੈਨੂੰ। ਤੂੰ ਬੋਲਿਆ ਤਾਂ ਸੀ, ਕੀ ਮਿਲਿਆ ਬੋਲ ਕੇ? ਉਲਟਾ ਅਗਲੀ ਤੇਰੀ ਬੋਲਤੀ ਬੰਦ ਕਰਾ ਗਈ। ਕੀ ਕਿਹਾ? ਮੇਰੀ ਬੋਲਤੀ ਬੰਦ ਕਰਾ ਗਈ? ਤੇਰੇ ਕਰਕੇ ਚੁੱਪ ਸੀਗਾ ਬਾਈ ਮੈਂ, ਨਹੀਂ ਤਾਂ ਉਹਨੂੰ ਦੱਸ ਦਿੰਦਾ ਮੈਂ। ਮੇਰਾ ਨਾਂ ਵੀ ਭੀਮ ਹੈ, ਮੈਂ ਤਾਂ ਆਪਣੇ ਬਾਪ ਦੀ ਨਹੀਂ ਸੁਣਦਾ। ਉਹ ਤਾਂ ਚੀਜ਼ ਹੈ ਕੀ ਸੀ? ਤੂੰ ਟਕਿਆ ਰਹੇ, ਮੇਰਾ ਮੂੰਹ ਨਾ ਖਲਾ, ਮੈਨੂੰ ਪਤਾ ਹੀ ਹੈ ਤੂੰ ਕਿੰਨੇ ਕੁ ਪਾਣੀ ਚ। ਬਾਈ, ਤੂੰ ਮੇਰੀ ਬੇਇੱਜ਼ਤੀ ਕਰ ਰਿਹਾ, ਦੱਸੀ ਬੇਇੱਜ਼ਤੀ ਕਰ ਰਿਹਾ ਨਾ ਮੇਰੀ ਤੂੰ? ਬੇਇੱਜ਼ਤੀ ਨਹੀਂ, ਉਹ ਮੈਂ ਤਾਂ ਤੈਨੂੰ ਹੌਸਲਾ ਦੇ ਰਿਹਾ। ਚੱਲ ਤੂੰ ਐਂ ਕਰ, ਹੁਣ ਆਉਣ ਦੇ ਉਹਨੂੰ, ਬੋਲਣ ਦੇ ਤਾਂ ਕਹਿ ਦੀ ਤੇਰੇ ਬਾਈ ਨੇ। ਪੱਕੀ ਗੱਲ ਹੈ? ਉਹ ਤੂੰ ਦੇਂਦਾ ਜਾਈ ਫਿਰ ਠੀਕ ਹੈ।
ਲੈ ਕਰ ਹੈਂ ਤੂੰ ਤਿਆਰ ਹੋ ਜਾ ਜਲਦੀ ਜਲਦੀ ਚੱਲੀਏ ਆਪਾਂ ਕੀ ਪਤਾ ਫਿਰ ਉਸੇ ਰਾਹ 'ਤੇ ਆ ਜੇ ਯਾਰ ਬਾਈ ਤੂੰ ਠੀਕ ਹੈ ਕਿਉਂ ਮੈਨੂੰ ਕੀ ਹੁਣ ਠੀਕ ਹੈ ਮੈਂ ਤਾਂ ਨਹੀਂ ਮੈਨੂੰ ਤਾਂ ਤੂੰ ਠੀਕ ਨਹੀਂ ਲੱਗਦਾ ਚੱਲ ਸਾਲਾ ਚੱਲ ਚੱਲੀਏ ਆ ਜਾ ਆਪਾਂ ਪਹਿਲਾਂ ਹੀ ਲੇਟ ਹਾਂ ਦੇਖ ਬਈ ਉਹ ਨਹੀਂ ਆਉਂਦੀ ਲੱਗਦਾ ਅੱਜ ਉਹ ਯਾਰ ਖੜਾ ਰਹਿ ਕੀ ਪਤਾਈ ਜਾਵੇ ਹਾਂ ਉਹ ਬਈ ਉਹ ਲਾਂਗੀ ਹੈ ਆਓ ਦੇਖ ਕਿੱਥੇ ਉਹ ਕੁੜੀ ਬੈਠੀ ਆ ਪਿੱਛੇ ਮੈਨੂੰ ਲੱਗਦਾ ਇਸੇ ਦੀ ਕੁੜੀ ਹੋਊਗੀ ਯਾਰ ਕਮਾਲ ਦੀ ਗੱਲ ਹੈ ਇਹ ਆਪ ਕਾਹਤੇ ਛੱਡਣ ਆਉਂਦੀ ਹੈ ਇਹਦਾ ਘਰ ਵਾਲਾ ਕਿੱਥੇ ਆ ਤੈਨੂੰ ਸਾਲਿਆ ਬਾਹਲਾ ਫਿਕਰ ਚੁੱਪ ਕਰਕੇ ਖੜਾ ਰਹੇ ਬਾਈ ਓਏ ਉਹ ਬਈ ਟਾਈਮ ਨਾ ਖਰਾਬ ਕਰ ਇਹਦੇ ਪਿੱਛੇ ਠੀਕ ਹੈ ਪਰ ਤੂੰ ਸਾਲਾ ਬਕਵਾਸ ਨਾ ਕਰਿਆ ਕਰ ਬਾਲੀ ਹੈ ਚੱਲ ਆ ਠੀਕ ਆ ਬਾਈ ਆਪਾਂ ਤਾਂ ਚੰਗੀ ਰਾਏ ਦੇਣੀ ਹੁੰਦੀ ਆ ਆਪਾਂ ਨੂੰ ਕੀ ਹੈ ਉਹ ਚੱਲ ਛੇਤੀ ਬੈਠਣੇ ਲੰਘ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਈ ਉੱਠ ਜਾ ਬਾਈ ਕਿਹੜੇ ਕੱਪੜੇ ਕੱਢਾਂ ਤੇਰੇ ਉਹ ਜਿਹੜੇ ਕਹੇਗਾ ਪਾ ਲਵਾਂਗੇ ਅੱਛਾ ਊਂ ਤਾਂ ਤੂੰ ਮੇਰੀ ਹਰੇਕ ਗੱਲ ਮੰਨਦਾ ਆਹ ਵੀ ਗੱਲ ਮੰਨ ਲੈ ਛੱਡ ਦੇ ਉਹ ਕੁੜੀ ਨੂੰ ਕੁਛ ਨਹੀਂ ਮਿਲਣਾ ਉੱਥੋਂ ਛੱਡ ਦੇ ਤੂੰ ਨਾ ਸਾਲੀ ਮੇਰੀ ਜਾਨ ਲੈ ਲਾ ਪਰ ਆਹ ਗੱਲ ਨਾ ਕਿਹਾ ਕਰ ਤੈਨੂੰ ਪਤਾ ਤਾਂ ਹੈ ਨਾਲੇ ਮੈਂ ਕਿੰਨਾ ਕੁੱਤੇ ਦਾ ਵੱਢਿਆ ਹੋਇਆ ਇੰਨਾ ਸੌਖਾ ਨਹੀਂ ਛੱਡਣ ਵਾਲਾ ਉਹਨੂੰ ਮੈਂ ਮੈਨੂੰ ਸਾਰਾ ਪਤਾ ਤੇਰਾ ਤੇਰਾ ਕੁਛ ਨਹੀਂ ਹੋ ਸਕਦਾ ਠੀਕ ਹੈ ਚੱਲ ਤਿਆਰ ਹੋ ਜਾ ਬੜੇ ਕੰਮ ਕਰਦੇ ਨੇ ਤਿਆਰ ਹੋ ਐਵੇਂ ਕਿਵੇਂ ਛੱਡਦਾ ਇੰਨੀ ਨਿਮਰਤਾ ਇੰਨੇ ਸ਼ਾਇਰਾਨਾ ਅੰਦਾਜ਼ 'ਚ ਸਮਝਾ ਕੇ ਗਈ ਸੀ ਸਮਝਾਈ ਨਹੀਂ ਕੋਈ ਕਦਰ ਹੀ ਨਹੀਂ ਮੈਨੂੰ ਮੈਂ ਆਰਟਿਸਟ ਬਣ ਹੀ ਨਹੀਂ ਸਕਦਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਸਕੂਲ ਦੀ ਬਾਲ ਸਭਾ ਦੇ ਵਿੱਚ ਮੇਰੀ ਕਿਸੇ ਗੱਲ 'ਤੇ ਕਦੇ ਕਿਸੇ ਨੇ ਤਾੜੀ ਵੀ ਨਹੀਂ ਮਾਰੀ ਚਲੋ ਲੈਟਸ ਬੀ ਪ੍ਰੋਫੈਸ਼ਨਲ ਉਹ ਕੰਮ ਤਾਂ ਆਪਣਾ ਨਹੀਂ ਚੱਲਿਆ ਇਹ ਕੰਮ ਤਾਂ ਇਮਾਨਦਾਰੀ ਨਾਲ ਕਰ ਲਈਏ ਗਲਤੀ ਹੋ ਗਈ ਲੈ ਵੇ ਕਾਕਾ ਹੱਥ ਜੋੜਦਾ ਮਾਫ ਕਰ ਬਹੁਤ ਸੋਹਣਾ ਲੱਗ ਰਿਹਾ ਤੂੰ ਅੱਜ ਤੋਂ ਤੂੰ
ਸੱਚੀ ਮੁੱਚੀ ਚ ਤਾਂ ਜਿਉਂਦਾ ਹੈ ਨੀ, ਪਰ ਤਸਵੀਰਾਂ ਚ ਜਿਉਂਦਾ ਰਹੇਗਾ। ਮੈਥੋਂ ਵੱਧ ਤੈਨੂੰ ਪਿਆਰ ਕੌਣ ਕਰ ਸਕਦਾ? ਮਾਰ ਵੀ ਦਿੱਤਾ, ਹਾਈ ਵੀ ਨੀ ਹੋਈ। ਹਾਂ ਜੀ ਤੇਜੀ ਬਾਈ, ਉਹ ਪ੍ਰੋਪਰਟੀ ਡੀਲਰ ਦਾ ਚੜਾਤਾ, ਯਮਰਾਜ ਦੇ ਰੱਥ ਦੀ ਪਿਛਲੀ ਸੀਟ ਤੇ ਬਿਠਾ ਦਾ, ਸੀਟ ਬੈਲਟ ਲਾ ਕੇ। ਨਹੀਂ ਬਾਈ ਜੀ, ਬਸ ਆਪਣੀ ਪੇਮੈਂਟ ਭੇਜ ਦਿਓ, ਬਾਕੀ ਮਹਾਰਾਜ ਦੀ ਕਿਰਪਾ ਹੈ, ਕੰਮ ਬਹੁਤ ਵਧੀਆ ਚੱਲ ਰਿਹਾ। ਅੱਜ ਕੱਲ੍ਹ ਤਾਂ ਨਵੇਂ ਚੇਲਿਆਂ ਦੀ ਭਰਤੀ ਵੀ ਕਰੀ ਜਾਂਦੇ ਹਾਂ। ਬਸ ਜੀ, ਹੁਣ ਤਾਂ ਆਪਣਾ ਆਫਿਸ ਖੋਲ੍ਹਣ ਦੀ ਤਿਆਰੀ ਹੈ। ਨਾ ਜੀ ਨਾ, ਬਸ ਸਿਲੈਕਟਡ ਕੰਮ ਹੀ ਕਰਾਂਗੇ, ਉਧਾਰ ਬਣਦਾ। ਠੀਕ ਹੈ ਬਾਈ ਜੀ, ਦੇਖ ਯਾਰ ਮੈਨੂੰ ਦੁਸ਼ਮਣੀ ਕਿਸੇ ਦੀ ਮਾਰਨ ਵਾਲੇ ਆਪਾਂ, ਅਤੇ ਨਾ ਪੋਲੀਟੀਸ਼ੀਅਨਾਂ ਦਾ। ਚਲੋ ਆਪਾਂ ਵੀ ਤਾਂ ਬੇਰੁਜ਼ਗਾਰੀ ਆਈ ਸੀ, ਆ ਇੰਨਾ ਤਾਮਾ ਚਾਮਾ ਇਸੇ ਕੰਮ 'ਚ ਹੋਈਆਂ। ਬਾਕੀ ਮਾਣ ਨਹੀਂ ਕਰੀਦਾ, ਕਿਸ਼ਤਾਂ ਨਿਕਲਦੀਆਂ ਰਹਿਣ, ਬਾਲਾ ਮੰਗਦੇ ਨਹੀਂ। ਮੇਰਾ ਕਿਉਂਤੀ ਭਾਈ, ਰੋਕ 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 ਰੋਕ, ਲਿਆਓ ਨਾਰੀਅਲ ਪਾਣੀ ਦੇ ਇੱਕ ਬਾਈ ਨੂੰ, ਲਿਆਓ ਉਰੇ ਫੜਾ। ਆ ਲੈ ਬਾਈ ਫੜੋ, ਨਾਰੀਅਲ ਸਵਾਦ ਆ ਤੇਰਾ, ਲੈ ਰੱਖ। ਚੱਲ ਪੈਸੇ ਦੇ। ਲਿਆ ਛੇਤੀ ਫੜਾ। ਬਾਊ ਜੀ ਅਗਲੀ ਵਾਰ ਲੈ ਜਾਇਓ, ਇਸ ਵਾਰ ਮੇਰਾ ਬੱਚਾ ਬਿਮਾਰ ਹੈ। ਤੇਰਾ ਸਾਲਿਆ ਨਵੀਂ ਬਹਾਨਾ ਹਰੇ ਕਰੀਦਾ ਵੇ, ਹੈਂ ਸਿੱਧਾ ਹੋ ਕੇ ਪੈਸੇ ਦੇ ਨੂੰ, ਫੜਾ ਉਰੇ ਦੇ। ਚੱਲ ਪਰਮਾਤਮਾ ਕਰੇ ਇਹਨਾਂ 'ਤੇ ਵੀ ਕੋਈ ਮੁਸੀਬਤ ਆਵੇ, ਇਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਮੁਸੀਬਤ ਕੀ ਹੁੰਦੀ ਹੈ। ਹੇ ਪਰਮਾਤਮਾ ਤੂੰ ਹੀ ਇਨਸਾਫ ਕਰ। ਬਾਈ ਬਸ ਬਸ ਬਸ, ਹੋ ਗਿਆ ਹੋ ਗਿਆ। ਉੱਠ ਬਾਈ ਉੱਠ,
ਲੈ ਤੇਰੀ ਗਰਮ ਗਰਮ ਚਾਹ, ਲੌਂਗ ਇਲਾਇਚੀ ਵਾਲੀ ਫੜ। ਉੱਠ ਉੱਠ ਯਾਰ, ਦਿਨ ਚੜਿਆ ਆ, ਉੱਠ। ਵਾਹ ਓਏ ਮੇਰਿਆ ਭੀਮਿਆ ਯਾਰਾ, ਫੜ ਨਾਲੇ ਗੱਲ ਸੁਣ ਮੇਰੀ। ਓਏ ਰਾਤ ਵਾਲੀ ਗੱਲ ਯਾਦ ਹੈ? ਅੱਜ ਕਹਿ ਹੀ ਦੇ ਆਪਣੇ ਦਿਲ ਦੀ ਗੱਲ ਉਹਨੂੰ। ਤੂੰ ਐਂ ਕਰ, ਅੱਜ ਮੇਰੀ ਨਾ ਉਹ ਨਵੀਂ ਸ਼ਰਟ ਕੱਢ ਜਿਹੜੀ ਮੈਂ ਪਿਛਲੇ ਹਫ਼ਤੇ ਲੈ ਕੇ ਆਇਆ। ਹਾਂ ਉਹੀ ਠੀਕ ਹੈ ਬਾਈ, ਲਿਆ ਦੇਖੀ ਤੇਰਾ ਬਾਈ ਫਿਰ ਜਦੋਂ ਬਣ ਠਣ ਕੇ ਨਿਕਲਿਆ ਨਾ। ਹਾਂ ਬਾਈ, ਟੌਰ ਕੱਢਣੀ ਤਾਂ ਜ਼ਰੂਰੀ ਹੈ, ਕਿਤੇ ਇਹ ਨਾ ਹੋਵੇ ਗਲਤੀ ਨਾਲ ਮਨਾ ਹੀ ਕਰ ਦੇਵੇ। ਤੂੰ ਉਹ ਐਨਕ ਵੀ ਕੱਢ ਲਾ ਜਿਹੜੀ ਚੰਡੀਗੜ੍ਹ ਤੋਂ ਲਈ ਸੀ। ਹਾਂ ਬਸ ਠੀਕ ਹੈ, ਰੇਵਨ ਵਾਲੀ। ਹਾਂ ਜਦੋਂ ਤੇਰਾ ਬਾਈ ਬਾਈ ਕਿਤੇ ਬਹਿ ਕੇ ਰੇਵਨ ਵਾਲੀ ਲਾ ਕੇ ਐਨਕ ਤੇ ਗਿਆ ਨਾ, ਉਹ ਤਾਂ ਕੀ ਉਹਦੇ ਨਾਲ ਦੀ ਵੀ ਹਾਂ ਕਰੋ। ਮੇਰੀ ਗੱਲ ਸੁਣ, ਤੂੰ ਛੇਤੀ ਤਿਆਰ ਹੋ, ਮੈਂ ਨਾ ਬਣਾਉਣਾ ਪਰੌਂਠੇ, ਠੀਕ ਹੈ? ਚੱਲ ਹੋ ਛੇਤੀ, ਆ ਜਾ ਕੇ ਛੇਤੀ, ਹਿੰਮਤ ਮਾਰ ਕੇ ਆ ਜਾ। ਰੁਕ ਜੀ, ਕੀ ਹੈ? ਉਹ ਮੈਂ ਨਾ ਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ। ਮੈਂ ਤਾਂ ਤੁਹਾਡਾ ਸ਼ੁਭਚਿੰਤਕ ਆ ਜੀ, ਤੁਸੀਂ ਇੱਦਾਂ ਡਰੋ ਨਾ ਕਿ ਮੈਂ ਤੁਹਾਨੂੰ ਨਾ ਮੈਂ ਤੁਹਾਨੂੰ ਇੱਦਾਂ ਰਸਤੇ 'ਚ ਰੋਕ ਲਿਆ। ਤੁਸੀਂ ਵੀ ਸੋਚਦੇ ਹੋਣੇ ਕਿ ਕਿਉਂ ਰੁਕਿਆ ਮੈਂ, ਮੇਰਾ ਮਤਲਬ ਇੱਦਾਂ ਨਹੀਂ ਜੀ, ਕੁਝ ਗਲਤ ਕੁਝ ਨਹੀਂ, ਬਸ ਗੱਲ ਕਰਨੀ ਸੀ ਤੁਹਾਡੇ ਨਾਲ। ਜਲਦੀ ਬੋਲ ਪੈ, ਬੋਲ ਬੋਲ ਜਲਦੀ ਕਰ। ਪਿਆਰ ਨਾ ਜੀ, ਮੈਂ ਤਾਂ ਪਹਿਲਾਂ ਹੀ ਬਹੁਤ ਘਬਰਾਇਆ ਹੋਇਆ। ਚੱਲ ਦੱਸਾਂ, ਬੋਲ ਬੋਲ ਕੀ ਕਹਿਣਾ ਚਾਹੁੰਦਾ? ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਸੀ ਕਿ ਮੈਂ ਜਦੋਂ ਤੁਹਾਨੂੰ ਰੋਜ਼ ਦੇਖਦਾ ਨਾ ਜੀ, ਅਤੇ ਬਾਅਦ 'ਚ ਮੇਰੇ ਦਿਮਾਗ 'ਚ ਰਹਿੰਦਾ ਕਿ ਮੈਂ ਤੁਹਾਨੂੰ ਕਹਿ ਹੀ ਦੇਵਾਂ ਜੋ ਤੁਹਾਨੂੰ ਕਹਿਣਾ ਕਹਿਦਾ ਜੀ, ਹੈਂ ਬਈ ਅੱਜ ਮੈਂ ਤੁਹਾਨੂੰ ਰੋਕਿਆ ਅਤੇ ਮੇਰੇ ਦਿਲ ਵਿੱਚ ਮੈਨੂੰ ਥੋੜ੍ਹਾ ਨਾ ਪਿਆਰ ਹੋ ਗਿਆ ਜੀ, ਬਸ ਆਹ ਮਤਲਬ ਜੀ ਮੇਰਾ, ਬਸ ਸੱਚੇ ਵਾਲਾ ਪਿਆਰ ਕਰਦਾ ਤੁਹਾਨੂੰ, ਮੈਥੋਂ ਰਹਿ ਜਾਣੀ ਹੁੰਦਾ ਤੁਹਾਡੇ ਬਿਨਾਂ। ਦੁਬਾਰਾ ਬੋਲੀ ਇੱਕ ਵਾਰੀ, ਕੀ ਕਿਹਾ ਬੋਲੀ? ਓ ਜੀ ਬਸ ਤੁਸੀਂ, ਉਹ ਤੈਨੂੰ ਪਤਾ ਵੀ ਹੈ ਕਿ ਮੈਂ ਕੌਣ ਆ? ਮੈਂ ਇੱਕ ਵਿਧਵਾ ਹਾਂ, ਵਿਧਵਾ ਜਿਹਦਾ ਪਤੀ ਇਸ ਦੁਨੀਆਂ 'ਚ ਨਹੀਂ ਰਿਹਾ। ਉਹ ਨਹੀਂ ਜੀ, ਮੈਂ ਜਿਹਦੀ ਪਿਆਰ ਦੀ ਨਿਸ਼ਾਨੀ ਮੇਰੀ ਧੀ ਪੀਓ ਹੈ, ਜਿਸ ਲਈ ਮੈਂ ਜੀ ਰਹੀ ਹਾਂ। ਦੁਨੀਆਂ 'ਚ ਭਾਵੇਂ ਪੀਓ ਦੇ ਪਾਪਾ ਨਹੀਂ ਰਹੇ, ਪਰ ਹਰ ਪਲ ਉਹਨਾਂ ਦੀਆਂ ਯਾਦਾਂ ਮੇਰੇ ਨਾਲ ਨੇ। ਉਹ ਨਹੀਂ ਨਹੀਂ ਜੀ, ਤੁਸੀਂ ਮੇਰੇ ਸਾਹਮਣੇ ਇੱਦਾਂ ਰੋ ਨਾ, ਤੁਸੀਂ ਦੇਖੋ ਮੈਂ ਤਾਂ ਤੁਹਾਡੀ ਬੇਟੀ ਨੂੰ ਬਹੁਤ ਪਿਆਰ ਕਰਦਾ ਜੀ, ਮੈਨੂੰ ਤਾਂ ਇੱਦਾਂ ਲੱਗਦਾ ਜੀ ਜਿਵੇਂ ਉਹ ਕੁਛ ਮੇਰਾ ਹਿੱਸਾ ਹੋਵੇ, ਅਤੇ ਮੈਂ ਇੱਦਾਂ ਹੀ ਤੁਹਾਨੂੰ ਇੱਦਾਂ ਨਹੀਂ ਦੇਖ ਸਕਦਾ ਵੀ, ਮੈਂ ਤਾਂ ਤੁਹਾਡੀ ਬਸ ਜ਼ਿੰਦਗੀ 'ਚ ਰੰਗ ਜੇ ਭਰਨੇ ਚਾਹੁੰਦਾ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਤੈਨੂੰ ਭਾਵੇਂ ਇਹਨਾਂ ਗੱਲਾਂ ਨਾਲ ਫਰਕ ਪੈਂਦਾ ਜਾਂ ਨਹੀਂ ਪੈਂਦਾ, ਪਰ ਮੈਨੂੰ ਬਹੁਤ ਪੈਂਦਾ, ਇਸ ਲਈ ਚੰਗਾ ਹੋਊ ਕਿ ਤੂੰ ਮੇਰੇ ਤੋਂ ਦੂਰ ਰਹਿ। ਮੈਨੂੰ ਤੁਹਾਡੀ ਪੁਰਾਣੀ ਜ਼ਿੰਦਗੀ ਨਾਲ ਵੀ ਕੋਈ ਫਰਕ ਨਹੀਂ, ਮੈਨੂੰ ਦੁਨੀਆਦਾਰੀ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਹਾਂ
ਬਾਹਰ ਨਿਕਲ ਓਏ ਭਾਈ ਮਾਫ ਕਰ ਕੋਣ ਹੋ ਤੁਸੀਂ ਭਾਈ ਮੈਨੂੰ ਕਿਉਂ ਕੁੱਟ ਰਹੇ ਹੋ ਭਾਈ 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 ਮਾਫ ਕਰ ਦੋ ਬੈਠੇ ਦੇ ਕਿਉਂ ਕੁੱਟੋ ਭਾਈ ਬੈਠੇ ਦੇ ਮਾਫ ਕਰ ਮੈਂ ਕੀਤਾ ਮਾਫ ਕਰ ਦੋ ਭਾਈ ਕੌਣ ਹੋ ਤੁਸੀਂ ਯਾਰ ਦੱਸ ਤਾਂ ਦਿਓ ਭਾਈ ਲੈ ਬਈ ਇੱਕ ਪਾਪੇ ਦੀ ਮੁਕਤੀ ਦਾ ਪੁੰਨ ਹੋਰ ਸਾਡੇ ਖਾਤੇ ਜੁੜਨ ਲੱਗਿਆ ਯਾਰ ਮੈਨੂੰ ਕੰਮ ਤਾਂ ਬੜਾ ਪੁੰਨ ਵਾਲਾ ਹੈ ਪਾਪੀਆਂ ਦੀ ਮੁਕਤੀ ਫਿਰ ਫੋਟੋਗ੍ਰਾਫਰ ਨੂੰ ਵੀ ਵੱਡੀ ਸਾਰੀ ਤਸਵੀਰ ਬਣਾਉਣ ਦਾ ਆਰਡਰ ਗੌਰਮੈਂਟ ਵੀ ਕਹਿੰਦੀ ਹੈ ਬੇਰੁਜ਼ਗਾਰੀ ਦੇ ਖਿਲਾਫ ਕੰਮ ਆਪਾਂ ਵੀ ਆਪਣਾ ਹਿੱਸਾ ਪਾ ਦਿੰਦੇ ਹਾਂ ਪਰ ਯਾਰ ਕਦੇ ਕਦੇ ਮੈਨੂੰ ਡਰ ਵੀ ਲੱਗਦਾ ਕਿਉਂ ਆਪਾਂ ਇੰਨੇ ਪਾਪੀ ਠੋਕ ਕੇ ਸਵਰਗਾਂ ਨੂੰ ਚਾੜਦੇ ਕੱਲ੍ਹ ਨੂੰ ਜਦੋਂ ਆਪਾਂ ਮਰ ਗਏ ਫਿਰ ਆਪਾਂ ਨੂੰ ਟਿਕਣ ਦੇਣਗੇ ਉੱਤੇ ਚਲੋ ਲੈਟਸ ਬੀ ਪ੍ਰੋਫੈਸ਼ਨਲ ਜੁੱਤੀ ਬਾਈ ਹਾਂਜੀ ਤੇਜੀ ਬਾਈ ਕੀ ਹਾਲ ਹੈ ਧਰਤੀ 'ਤੇ ਇੱਕ ਪਾਪੀ ਹੋਰ ਘਟਾਤਾ ਆਪਾਂ ਬਸ ਬਾਈ ਜੀ ਕੰਮ ਦੀ ਨਕਦ ਪੇਮੈਂਟ ਮਿਲਦੀ ਰਹੇ ਕਿਸ਼ਤਾਂ ਨਿਕਲਦੀਆਂ ਰਹਿਣ ਬਾਕੀ ਆਪਾਂ ਮਰਦੇ ਨਹੀਂ ਓਕੇ ਬਾਏ ਬਾਏ ਆਹ ਇੱਕ ਮੁੰਡਾ ਆਇਆ ਸੀ ਉਹ ਲੈ ਕੇ ਚਲਾ ਗਿਆ ਮੁੰਡਾ ਆਇਆ ਸੀ ਕੌਣ ਸੀ ਮੁੰਡਾ ਉਹ ਕਹਿੰਦਾ ਸੀ ਕਿ ਉਹ ਇਹਨੂੰ ਜਾਣਦਾ ਹੈ ਇੱਕ ਗੱਲ ਸੁਣ ਮੇਰੀ ਜੇ ਮੈਂ ਚਾਹੁੰਦਾ ਤਾਂ ਪੀਹੂ ਨਾਲ ਅੱਜ ਮੈਂ ਕੁਛ ਵੀ ਕਰ ਸਕਦਾ ਸੀ ਪਰ ਮੈਂ ਇਹੋ ਜਿਹਾ ਨਹੀਂ ਮੈਂ ਤਾਂ ਤੈਨੂੰ ਮੇਰੀ ਸਮਝਾਈ ਗੱਲ ਨਾ ਤੇਰੇ ਪੱਲੇ ਨਹੀਂ ਪਈ ਮੇਰੇ ਤਾਂ ਪੈ ਗਈ ਆ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਪਰ ਮੈਨੂੰ ਲੱਗਦਾ ਇਹ ਗੱਲ ਤੇਰੇ ਪੱਲੇ ਨਹੀਂ ਪਈ ਤੂੰ ਮੈਨੂੰ ਗਲਤ ਹੀ ਸਮਝਦੀ ਆ ਤੂੰ ਬੈਗ ਦੇ ਪੀਹੂ ਬੈਗ ਲੈ ਚੱਲ ਪੁੱਤ Thank you.
ਰਿਹਾ ਬੇਟੇ, ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ? ਨਹੀਂ ਚਾਚਾ ਜੀ, ਕੁਛ ਨਹੀਂ ਚਾਹੀਦਾ। ਮੈਂ ਸੌਂ ਜਾ? ਹਾਂਜੀ ਹਾਂਜੀ, ਜਾਓ ਸੌ ਜਾਓ ਤੁਸੀਂ। ਬੇਟਾ ਤੂੰ ਨਹੀਂ ਸੁੱਤੀ ਅੱਜ ਹਜੇ ਤੱਕ? ਤੇਰੀ ਸਿਹਤ ਤਾਂ ਠੀਕ ਹੈ? ਬਸ ਥੋੜ੍ਹੀ ਜਿਹੀ ਨਾ ਬੇਚੈਨੀ ਜਿਹੀ ਲੱਗ ਰਹੀ ਹੈ। ਜਦੋਂ ਨੀਂਦ ਆਏਗੀ ਮੈਂ ਸੌ ਜਾਵਾਂਗੀ, ਤੁਸੀਂ ਜਾਓ ਆਰਾਮ ਕਰੋ। ਜ਼ਿਆਦਾ ਨਹੀਂ ਸੋਚੀਦਾ ਪੁੱਤ, ਰੱਬ ਸਭ ਠੀਕ ਕਰੂਗਾ। ਫੜ ਪੈਗ ਬਾਈ, ਆ ਫੜ ਪੈਗ। ਕੀ ਸੋਚੀ ਇਹਨੇ ਹੈਂ? ਦੱਸੀ। ਤੈਨੂੰ ਪਤਾ ਤਾਂ ਹੈ। ਬਾਈ ਮੈਨੂੰ ਲੱਗਦਾ ਨਾ ਤੂੰ ਨਾ ਪਾਗਲ ਹੋ ਗਿਆ, ਉਹ ਤਾਂ ਤੈਨੂੰ ਪਿਆਰ ਨਹੀਂ ਕਰਦੀ। ਕੀ ਫਰਕ ਪੈਂਦਾ ਯਾਰ ਭੀਮੇ, ਜੇ ਉਹ ਨਹੀਂ ਕਰਦੀ? ਮੈਂ ਤਾਂ ਕਰਦਾ ਯਾਰ ਉਹਨੂੰ। ਬਾਈ ਇਕੱਲਾ ਤੇਰੇ ਪਿਆਰ ਕਰਨ ਨਾਲ ਕੁਝ ਵੀ ਨਹੀਂ ਹੋਣਾ। ਅਗਲੀ ਤਾਂ ਤੈਨੂੰ ਨੇੜੇ ਨਹੀਂ ਲੱਗਣ ਦਿੰਦੀ, ਅੱਜ ਦੇਖਿਆ ਕਿਵੇਂ ਬੋਲਦੀ ਸੀ ਉਹ। ਯਾਰੋ ਆਪਦੀ ਹੁਣ ਬੇਟੀ ਨੂੰ ਪਿਆਰ ਹੀ ਇੰਨਾ ਕਰਦੀ ਆ, ਪਰ ਉਹਨੂੰ ਕਮਲੀ ਨੂੰ ਪਤਾ ਹੀ ਨਹੀਂ ਕਿ ਉਹਨੂੰ ਵੀ ਮੈਂ ਉਹ ਤੋਂ ਵੀ ਜ਼ਿਆਦਾ ਪਿਆਰ ਕਰਦਾ। ਬਾਈ ਮੈਂ ਤੈਨੂੰ ਸਮਝਦਾ, ਸਭ ਕੁਝ ਠੀਕ ਹੈ, ਪਰ ਨਾ ਪਤਾ ਨਹੀਂ ਕਈ ਵਾਰੀ ਬਾਈ ਮੈਨੂੰ ਨਾ ਡਰ ਜਿਹਾ ਲੱਗਦਾ। ਹਾਂ ਬਾਈ ਉਹੀ, ਤੇਰੇ ਤੋਂ ਬਿਨਾਂ ਬਾਈ ਮੇਰਾ ਹੈ ਵੀ ਕੌਣ? ਤੂੰ ਨਾ ਛੱਡ ਦੇ ਉਹਨੂੰ, ਹੋਰ ਬਥੇਰੀਆਂ ਮਿਲ ਜਾਣੀਆਂ। ਪਰ ਯਾਰ ਜੋ ਉਸ ਕੁੜੀ 'ਚ ਆ ਨਾ ਯਾਰ, ਉਹ ਕਿਸੇ ਹੋਰ 'ਚ ਨਹੀਂ। ਤੂੰ ਮੰਨੇਗਾ ਜਦੋਂ ਮੈਂ ਉਹਦੀਆਂ ਅੱਖਾਂ 'ਚ ਦੇਖਦਾ ਨਾ, ਪਿਆਰ ਤੋਂ ਬਿਨਾਂ ਕੁਝ ਦਿਖਦੇ ਹੀ ਨਹੀਂ। ਕਿਵੇਂ ਸਮਝਾਵਾਂ ਤੈਨੂੰ ਮੈਂ ਹੁਣ? ਚੱਲ ਛੱਡ ਪੈਗ ਲਾ, ਲਾ ਪੈਗ ਲਾ, ਚੱਕ। ਉਹ ਹੀ ਨਹੀਂ ਸੋਚੀਦਾ ਨਹੀਂ ਹੁੰਦਾ ਬਾਲਾ, ਠੀਕ ਹੈ? ਚੱਲ ਚੇਅਰਸ ਤਾਂ ਕਰ ਲੈ। ਪੀਹੂ ਪੀਹੂ ਤੂੰ ਠੀਕ ਹੈ? ਇਹ ਅਣਜਾਣ ਲੋਕ ਨੇ, ਇਹਨਾਂ ਨਾਲ ਨਹੀਂ ਜਾਣਾ। ਮੈਂ ਕੋਈ ਅਣਜਾਣ ਨਹੀਂ ਹਾਂ ਪੀਹੂ, ਮੇਰੀ ਵੀ ਓਨੀ ਧੀ ਆ ਜਿੰਨੀ ਤੇਰੀ ਆ, ਮੈਂ ਇਹਨੂੰ ਬਹੁਤ ਖੁਸ਼ ਰੱਖੂੰਗਾ। ਨਾ ਤੂੰ ਹੁੰਦਾ ਕੌਣ ਹੈ ਜ਼ਿੰਮੇਵਾਰੀ ਚੱਕਣ ਵਾਲਾ? ਹੈਂ ਹੁੰਦਾ ਕੌਣ ਹੈ ਇਹਨੂੰ ਸੰਭਾਲਣ ਵਾਲਾ? ਮੈਂ ਮਰ ਗਈ ਹਾਂ? ਤੂੰ ਮੇਰੀ ਗੱਲ ਨੂੰ ਸਮਝ, ਜੇ ਮੈਂ ਬੁਰਾ ਇਨਸਾਨ ਹੁੰਦਾ ਤਾਂ ਇਹਦੇ ਨਾਲ ਕੁਛ ਵੀ ਕਰ ਸਕਦਾ ਸੀ। ਅੱਜ ਮੇਰੇ ਕੋਲ ਇੱਕ ਹੋਰ ਮੌਕਾ ਸੀ, ਪਰ ਮੈਂ ਕੁਛ ਨਹੀਂ ਕੀਤਾ। ਮੈਂ ਤੇਰੀ ਧੀ ਨੂੰ ਓਨਾ ਹੀ ਪਿਆਰ ਕਰਦਾ, ਓਨੀ ਇਹਦੀ ਇੱਜ਼ਤ ਕਰਦਾ ਜਿੰਨੀ ਮੈਂ ਤੇਰੀ ਕਰਦਾ। ਬਸ ਮੈਨੂੰ ਇੱਕ ਵਾਰੀ ਇੱਕ ਮੌਕਾ ਦੇ, ਮੈਂ ਤੈਨੂੰ ਬਹੁਤ ਖੁਸ਼ ਰੱਖੂੰਗਾ। ਦੇਖ ਮੈਂ ਲਾਸਟ ਵਾਰ ਕਹਿ ਰਹੀ ਹਾਂ, ਅਜੇ ਵੀ ਸੰਭਲ ਜਾ, ਨਹੀਂ ਤਾਂ ਮੈਂ ਪੁਲਿਸ 'ਚ ਤੇਰੀ ਰਿਪੋਰਟ ਕਰਵਾ ਕੇ ਹਟਣੀ ਹੈ। ਗੱਲ ਸੁਣ ਮੇਰੀ, ਚਾਹੇ ਮੇਰੀ ਕਿਸੇ ਪੁਲਿਸ 'ਚ ਰਿਪੋਰਟ ਕਰਾ, ਚਾਹੇ ਕਿਸੇ ਹੋਰ ਨੂੰ ਬੁਲਾ, ਮੈਂ ਪਿੱਛੇ ਨਹੀਂ ਹਟਣਾ। ਆਜਾ ਪੁੱਤਰ ਆਜਾ। ਬਹੁਤ ਬਾਰਿਸ਼ ਹੋ ਰਹੀ ਹੈ ਬਾਹਰ, ਤਾਂ ਸਾਰੇ ਕੱਪੜੇ ਗਿੱਲੇ ਹੋ ਗਏ।
ਤੁਸੀਂ ਤਾਂ ਸਾਰੀਆਂ ਹੀ ਭਿੱਜ ਗਈਆਂ ਧੀਏ। ਜੀ ਚਾਚਾ ਜੀ, ਬਾਹਰ ਬਹੁਤ ਬਾਰਿਸ਼ ਹੋ ਰਹੀ ਹੈ ਨਾ। ਅੱਜ ਤੂੰ ਪਰੇਸ਼ਾਨ ਵੀ ਬਹੁਤ ਲੱਗ ਰਹੀ ਹੈ। ਪਰੇਸ਼ਾਨ ਤਾਂ ਹਾਂ ਚਾਚਾ ਜੀ, ਤੁਸੀਂ ਇੰਝ ਕਰਿਓ ਕਿ ਅੱਜ ਖਾਣਾ ਜਲਦੀ ਬਣਾ ਲਿਓ ਹਾਂ, ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ। ਇੰਨਾ ਪਰੇਸ਼ਾਨ ਨਹੀਂ ਹੋਈਦਾ ਧੀਏ, ਬਾਬਾ ਜੀ ਆਪਣੇ ਆਪ ਹੀ ਬਖਸ਼ਣਗੇ ਸਭ ਖੁਸ਼ੀਆਂ। ਚੱਲ ਪੀਹੂ ਬੇਟਾ, ਕੱਪੜੇ ਚੇਂਜ ਕਰ ਲੈ। ਠੀਕ ਹੈ ਮੰਮਾ। ਲਓ ਬੇਟਾ, ਖਾਣਾ ਖਾ ਲਓ। ਚਾਚਾ ਜੀ, ਤੁਸੀਂ ਵੀ ਖਾਣਾ ਖਾ ਲੈਂਦੇ? ਨਹੀਂ ਬੇਟਾ, ਮੈਂ ਠਹਿਰ ਕੇ ਖਾ ਲੂੰਗਾ। ਚਲੋ ਠੀਕ ਹੈ, ਲੈ ਪੀਓ ਪੁੱਤ, ਰੋਟੀ ਖਾ। ਪੀਹੂ, ਜਿਹੜੀ ਗਲਤੀ ਤੂੰ ਅੱਜ ਕੀਤੀ ਨਾ, ਉਹ ਦੁਬਾਰਾ ਨਹੀਂ ਹੋਣੀ ਚਾਹੀਦੀ। ਪੁੱਤਰ, ਐਵੇਂ ਕਿਸੇ ਅਣਜਾਣ ਬੰਦੇ ਨਾਲ ਕਿਤੇ ਨਹੀਂ ਆਉਂਦੇ ਜਾਂਦੇ। ਜੇ ਤੈਨੂੰ ਕੁਛ ਹੋ ਜਾਂਦਾ ਫਿਰ, ਨਾਲੇ ਮੇਰਾ ਤੇਰੇ ਬਿਨਾਂ ਹੈ ਹੀ ਕੌਣ। ਮੰਮਾ ਮੰਮਾ, ਉਹ ਅੰਕਲ ਬਹੁਤ ਚੰਗੇ ਨੇ, ਉਹਨਾਂ ਨੇ ਮੈਨੂੰ ਬਹੁਤ ਸਾਰਾ ਪਿਆਰ ਕੀਤਾ ਤੇ ਬਹੁਤ ਸਾਰੀ ਚੀਜ਼ਾਂ ਲੈ ਕੇ ਦਿੱਤੀਆਂ। ਨਾਲੇ ਉਹਨਾਂ ਨੇ ਮੈਨੂੰ ਕਿਹਾ ਤੇਰੇ ਬਰਥਡੇ ਵਾਲੇ ਦਿਨ ਤੈਨੂੰ ਚਿੜੀਆਂ ਦੇ ਬੱਚੇ ਲਿਆ ਕੇ ਦਊਂਗਾ। ਨਾ ਪੀਹੂ ਬੇਟਾ, ਏਦਾਂ ਨਹੀਂ ਕਿਸੇ ਤੋਂ ਕੋਈ ਚੀਜ਼ ਲਈ ਦੀ ਹੁੰਦੀ। ਵੈਸੇ ਵੀ ਉਹ ਤੇਰੇ ਅੰਕਲ ਇੰਨੇ ਅੱਛੇ ਬੰਦੇ ਨਹੀਂ ਹੈ। ਨਾਲੇ ਚਿੜੀਆਂ ਤਾਂ ਪੁੱਤ ਮੈਂ ਤੈਨੂੰ ਲੈ ਦੂੰਗਾ। ਨਹੀਂ ਚਾਚਾ ਜੀ, ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ, ਨਹੀਂ ਤਾਂ ਉਹਨਾਂ ਦਾ ਪ੍ਰੋਮਿਸ ਟੁੱਟ ਜੂਗਾ। ਪੀਹੂ, ਐਵੇਂ ਜਿੱਦ ਨਹੀਂ ਕਰੀਦੀ, ਚਾਚਾ ਜੀ ਬਿਲਕੁਲ ਠੀਕ ਕਹਿ ਰਹੇ ਨੇ। ਠੀਕ ਆ ਮੰਮਾ ਜੀ। ਹੁਣ ਮੈਨੂੰ ਦੱਸਦੀ ਹੈ ਤੇਰੀ ਕੀ ਪਰੇਸ਼ਾਨੀ ਹੈ। ਚਾਚਾ ਜੀ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਮੁੰਡਾ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ। ਇੰਨਾ ਸਮਝਾਉਣ ਦੇ ਬਾਵਜੂਦ ਵੀ ਉਹ ਬਾਜ ਨਹੀਂ ਆਉਂਦਾ। ਅੱਜ ਫਿਰ ਦੂਜੀ ਵਾਰ ਉਹ ਪੀਹੂ ਦੇ ਕੋਲ ਖੜਾ ਸੀ। ਜੇ ਉਹ ਪੀਹੂ ਨੂੰ ਕੁਝ ਕਰ ਦਿੰਦਾ ਨਾ, ਤਾਂ ਮੈਂ ਤਾਂ ਜਿਉਂਦੀ ਜੀ ਮਰ ਜਾਂਦੀ। ਤੂੰ ਫਿਕਰ ਨਾ ਕਰਦੀ ਹੈ, ਸਭ ਕੁਝ ਠੀਕ ਹੋ ਜਾਏਗਾ।
ਜੇ ਤੂੰ ਕਹੇ ਤਾਂ ਮੈਂ ਉਹਨੂੰ ਮਿਲ ਲੈਂਦਾ। ਨਹੀਂ ਚਾਚਾ ਜੀ, ਉਹ ਤੁਹਾਡੇ ਸਮਝਾਉਣ ਦੇ ਨਾਲ ਸਮਝੇਗਾ ਨਹੀਂ, ਬਹੁਤ ਟੀਟ ਹੈ ਉਹ। ਇੱਕ ਬੰਦਾ ਹੈ ਮੇਰੇ ਕੋਲ, ਉਹ ਸਾਡੇ ਪਿੰਡ ਦਾ ਹੀ ਹੈ। ਉਹ ਮੈਨੂੰ ਕਹਿੰਦਾ ਸੀ ਜੇ ਤੈਨੂੰ ਕਦੇ ਲੋੜ ਪਵੇ ਤਾਂ ਮੈਨੂੰ ਯਾਦ ਕਰੇ। ਉਹ ਇਹੋ ਜਿਹੇ ਬੰਦਿਆਂ ਨੂੰ ਸੁਧਾਰਨ ਵਾਲਾ ਬੰਦਾ ਹੈ, ਅਤੇ ਆਪਾਂ ਕੱਲ੍ਹ ਹੀ ਉਹਦੇ ਕੋਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਡਾਬਰ ਸਾਹਿਬ। ਸਤਿ ਸ਼੍ਰੀ ਅਕਾਲ ਤਾਇਆ, ਅੱਜ ਇੱਥੇ? ਮੈਂ 20 ਸਾਲ ਤੋਂ ਇਹਨਾਂ ਨਾਲ ਰਹਿਣਾ। ਇਹ ਨੇਹਾ ਹੈ ਮੇਰੀ ਧੀ, ਵਿਧਵਾ ਹੈ ਵਿਚਾਰੀ। ਇੱਕ ਪਾਗਲ ਹੈ ਛੋਰਾ ਜਿਹਾ, ਇਹਨੂੰ ਤੰਗ ਬਹੁਤ ਕਰਦਾ ਹੈ। 1.5 GB ਦੀ ਰੈਮ ਹੈ, ਰਾਮ ਕਹਾਣੀਆਂ ਸੁਣਾ ਕੇ ਤੂੰ ਕਰਪਟ ਕਰੇਗਾ, ਬੰਦਾ ਦੱਸ। ਸਰ, ਸ਼ੈਂਟੀ ਨਾਂ ਦਾ ਮੁੰਡਾ ਹੈ, ਪੂਰਾ ਪਾਗਲ ਹੈ। ਇੱਥੇ ਤਾਂ ਤੁਸੀਂ ਗਲਤੀ ਕਰ ਜਾਣੀ ਹੋ ਕੁੜੀਓ, ਜੇ ਪਾਗਲ ਹੁੰਦਾ ਤਾਂ ਸਾਡੀ ਥਾਂ 'ਤੇ ਨਾ ਬੈਠਾ ਹੁੰਦਾ। ਚਲੋ ਲੈਟਸ ਟਾਕ ਪ੍ਰੋਫੈਸ਼ਨਲ। ਮਜ਼ਾਕ 'ਚ ਸਿਹਤ ਤਾਂ ਠੀਕ ਰਹਿੰਦੀ ਹੈ, ਪਰ ਅਕਸਰ ਲੋਕ ਸਾਡੇ ਪੈਸੇ ਖਾ ਜਾਂਦੇ ਆ। ਤੁਹਾਡੇ ਇਸ ਕੰਮ ਦੀ ਕੀਮਤ ਹੈ 20 ਲੱਖ ਰੁਪਈਆ। ਜ਼ਿਆਦਾ ਲੱਗੇ, 0.20 ਖੋਖਾ ਓਨਲੀ। ਸਾਡੇ 'ਤੇ ਥੋੜ੍ਹਾ ਜਿਹਾ ਰਹਿਮ ਕਰੋ ਡਾਬਰ ਸਾਹਿਬ। ਮੈਂ ਤੁਹਾਡੇ ਇਮੋਸ਼ਨ ਦੀ ਕਦਰ ਕਰ ਰਿਹਾ, ਤੁਸੀਂ ਮੇਰੇ ਪੈਸਿਆਂ ਨਾਲ ਇਮੋਸ਼ਨ ਦੀ ਕਦਰ ਕਰੋ। ਮੇਰਾ ਨਾ ਪੈਸਿਆਂ ਨਾਲ ਸੱਚਾ ਪਿਆਰ, ਸਾਨੂੰ ਜੁਦਾ ਨਾ ਕਰੋ। ਅਸੀਂ ਇੱਕ ਦੂਜੇ ਤੋਂ ਜੁਦਾ ਨਹੀਂ ਹੋ ਸਕਦੇ। ਸੇਬੀ ਹੋ ਜਾਣਗੇ, ਚਲਤੀ ਹੈ ਕਿਤੇ ਪਏ ਹੋਣੇ ਖੁੰਜੇ 'ਚ, ਸੱਤ ਹੋਣੇ ਨੇ। ਅਜਤੀ ਹੈ ਮਨੂ ਮੇਰਾ ਕੀ ਉੱਤੇ ਪਾਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਲਿਆਓ ਜੀ ਲਿਆਓ। ਵਾਹ ਵੀ ਵਾਹ। ਓ ਵਾਹ ਜੀ ਵਾਹ। ਹਾਂ ਪੂਰੇ ਹੈ ਫੜਾ ਰਹੇ। ਆ ਰੱਖ, ਆ ਚਾਹੀਦਾ ਅੱਜ ਜੀ। ਓ ਬਾਈ, ਆ ਖਡਾਉਣੇ ਕੀ ਕਰਨੇ ਆ ਤੇ ਹੈਂ ਯਾਰ? ਉਹ ਸਿੱਧੇ ਮੂੰਹ ਨਾਲ ਤਾਂ ਬੁਲਾਉਂਦੀ ਨਹੀਂ ਤੈਨੂੰ ਉਹ। ਓਏ ਪਤੰਦਰਾ, ਭਾਬੀ ਆ ਤੇਰੀ, ਉਹ ਐਵੇਂ ਨਾ ਗੁੱਸਾ ਕਰੀ ਚੱਲਿਆ ਕਰ, ਨਾਲੇ ਤਾਂ ਘਰ ਸਾਂਭੂ, ਨਾਲੇ ਤੈਨੂੰ ਤਾਂ ਤੇ ਪਰੌਂਠੇ ਖਵਾਇਆ ਕਰੂ। ਅੱਛਾ, ਮਤਲਬ ਮੇਰੀ ਛੁੱਟੀ। ਲੈ ਦੱਸ ਯਾਰ, ਉਹ ਤਾਂ ਮੇਰੀ ਘਰ ਵਾਲੀ ਹੈ, ਤੂੰ ਤਾਂ ਮੇਰੀ ਜਾਨ। ਹੋਰ ਕੋਈ ਸੇਵਾ ਬਾਈ ਜੀ? ਸੇਵਾ ਵੀ ਲਾਵਾਂਗੇ, ਵਿਆਹ ਤਾਂ ਰਿਹਾ ਆਪਣਾ, ਵਾ ਕੁੜੀ ਨਾਲ ਗੱਲ ਚੱਲਦੀ ਆ, ਡੇਟ ਵੀ ਫਿਕਸ ਕਰ ਦਾਂਗੇ।
ਹੈ? ਠੀਕ ਹੈ ਜੀ, ਆਉਣਾ ਪੱਕਾ? ਠੀਕ ਹੈ ਬਾਈ ਜੀ, ਹੁਣ ਚੱਲੀਏ। ਚੱਲ ਫੜਾ ਫੜਾ, ਛੇਤੀ ਫੜਾ ਉਰੇ ਆਉਣਾ। ਠੀਕ ਹੈ ਬਾਈ ਜੀ, ਵਿਆਹ ਤੇ। ਰੋਕੇ ਓਏ, ਰੋਕ ਰੋਕ ਲੈ, ਥੱਲੇ ਆ ਜਾ, ਥੱਲੇ ਉਤਰ। ਸਤਿ ਸ੍ਰੀ ਅਕਾਲ ਬਾਈ ਜੀ। ਲੈ ਦੇ ਪੈਸੇ ਹਫ਼ਤਾ ਦੇ। ਬਾਈ ਹੁਣ ਤਾਂ ਥੋੜ੍ਹੇ ਦਿਨ ਪਹਿਲਾਂ ਲੈ ਕੇ ਗਏ ਸੀ ਜੀ। ਹੁਣ ਲੈ ਕੇ ਗਏ ਸੀ? ਪੂਰੇ 7 ਦਿਨ ਹੋ ਗਏ, ਪੈਸੇ ਬੜਾ ਉਰੇ ਚੁੱਪ ਕਰਕੇ ਫੜਾ ਦੇ ਛੇਤੀ। ਆ ਲੋ ਜੀ, ਆ ਵੀ ਫੜਾ, ਪੂਰੇ ਨਹੀਂ ਹੋਏ, ਫੜਾ ਦੇ। ਗੱਲ ਸੁਣ, ਮੈਨੂੰ ਹੱਸਦੇ ਹੋਏ ਮੂੰਹ ਨਾ ਹਫ਼ਤਾ ਚਾਹੀਦਾ, ਇੱਦਾਂ ਲਮਕੇ ਹੋਏ ਨਾਲ ਨਹੀਂ, ਸਮਝ ਗਿਆ ਜੀ? ਚੱਲ ਓਏ, ਰੋਇਆ ਨਾ ਕਰ ਚੰਗਾ, ਚੱਲ। ਚੱਲ ਬਾਈ, ਸਾਲੇ ਰੋਜ਼ ਇਹਨਾਂ ਦੇ ਕੋਈ ਨਾ ਕੋਈ ਡਰਾਮੇ ਹੀ ਹੁੰਦੇ ਆ। ਹਾਂ, ਪੂਰੇ ਪੈਸੇ ਲੈ ਇਹਨਾਂ ਤੋਂ। ਤੂੰ ਹਾਂ ਹਾਂ ਦੇਖ, ਤੂੰ ਹਾਂ, ਮੈਂ ਕਰਦਾ ਤੈਨੂੰ। ਹੋਰ ਕਿੱਦਾਂ? ਬਸ ਠੀਕ ਹੈ ਜੀ। ਕੀ ਗੱਲ, ਅੱਜ ਬੋਲਣਾ ਨੀ? ਕੀ ਗੱਲ ਕਰਾਂ ਜੀ ਮੈਂ, ਫਿਰ ਤੁਸੀਂ ਗੁੱਸਾ ਕਰ ਜਾਂਦੇ ਹੋ। ਅੱਜ ਤਾਂ ਸਗੋਂ ਮੇਰਾ ਮੂਡ ਸੀ ਤੁਹਾਡੀਆਂ ਗੱਲਾਂ ਸੁਣਨ ਦਾ। ਅੱਛਾ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀ ਸ਼ੈਂਟੀਆ। ਓ, ਪਰ ਤੁਹਾਡੇ ਲਈ ਤਾਂ ਸ਼ੁਭ ਚਿੰਤਕ ਹੀ ਹਾਂ ਜੀ। ਜੀ ਸ਼ੁਭ ਚਿੰਤਕ ਜੀ। ਤੁਹਾਡਾ ਨਾਮ ਜੀ? ਨੇਹਾ। ਨੇਹਾ, ਬਹੁਤ ਪਿਆਰਾ ਨਾਮ ਆ ਜੀ। ਥੈਂਕ ਯੂ ਜੀ। ਅੱਛਾ ਇਹ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ? ਮੈਂ ਤਾਂ ਆਹ ਹਫ਼ਤਾ ਲੋਕਾਂ ਦੇ ਕੰਮ ਖਾ ਕਰਾਈ ਦੇ ਜੀ। ਮਤਲਬ ਬਈ
ਲੋਕਾਂ ਦੀ ਮਦਦ ਕਰਦੇ ਹੁੰਦੇ ਆ ਜੀ। ਜੀ ਜੀ ਸੋਸ਼ਲ ਵਰਕਰ ਹੋ? ਆਹੀ ਆਹੀ ਬਿਲਕੁਲ ਜੀ। ਗੁੱਡ ਗੁੱਡ, ਚੰਗਾ ਜੀ, ਫਿਰ ਮੈਂ ਚੱਲਦੀ ਹਾਂ। ਠੀਕ ਹੈ ਜੀ, ਬਾਏ। ਮੈਂ ਤੁਹਾਨੂੰ ਤੰਗ ਤਾਂ ਨਹੀਂ ਕਰ ਰਿਹਾ ਜੀ? ਨਹੀਂ ਨਹੀਂ, ਮੈਂ ਵੀ ਤੁਹਾਨੂੰ ਯਾਦ ਕਰਦੀ ਸੀ। ਚਲੋ ਫਿਰ ਤਾਂ ਮੈਂ ਸਹੀ ਟਾਈਮ 'ਤੇ ਫੋਨ ਕੀਤਾ। ਉਹ ਭੀਮ ਸੌ ਗਿਆ ਸੀਗਾ, ਮੈਨੂੰ ਨੀਂਦ ਨਹੀਂ ਆ ਰਹੀ ਸੀ, ਮੈਂ ਸੋਚਿਆ ਚਲੋ ਤੁਹਾਨੂੰ ਫੋਨ ਕਰ ਲਾਂ। ਜੀ ਚੰਗਾ ਕੀਤਾ ਜੀ। ਮੈਨੂੰ ਲੱਗ ਰਿਹਾ ਜੀ ਤੁਸੀਂ ਕਿਸੇ ਚਿੰਤਾ 'ਚੋਂ। ਤੁਹਾਡੀ ਆਵਾਜ਼ ਤੋਂ ਲੱਗ ਰਿਹਾ, ਕਿਵੇਂ ਠੀਕ ਹੈ ਸਭ ਜੀ? ਉਹ ਗੱਲ ਇਹ ਹੈ ਜੀ ਕਿ ਮੇਰੇ ਪਤੀ ਮੌਤ ਤੋਂ ਪਹਿਲਾਂ ਨਾ ਉਹ ਕਾਫੀ ਟਾਈਮ ਬਿਮਾਰ ਰਹੇ, ਤੇ ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਸੀ, ਸੋ ਮੈਂ ਆਪਣਾ ਘਰ ਗਹਿਣੇ ਰੱਖਤਾ ਸੀ, ਅਤੇ ਹੁਣ ਜਿਹਦੇ ਕੋਲ ਸਾਡਾ ਘਰ ਗਹਿਣੇ ਹੈ ਉਹ ਪੈਸੇ ਵਾਪਸ ਮੰਗ ਰਹੇ। ਕੋਈ ਨਾ ਜੀ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਤੁਹਾਡਾ ਕਦੇ ਵੀ ਸਾਥ ਨਹੀਂ ਛੱਡੂੰਗਾ। ਤੁਸੀਂ ਮੈਨੂੰ ਦੱਸੋ ਕਿੰਨੇ ਦਾ ਇੰਤਜ਼ਾਮ ਕਰਦਾ? ਮੈਂ ਕਹਿ ਰਹੀ ਸੀ ਜੇ ਤੁਸੀਂ 20 ਲੱਖ ਦਾ ਇੰਤਜ਼ਾਮ ਜਲਦੀ ਕਰ ਲੈਂਦੇ ਤਾਂ ਮੈਂ ਟੈਨਸ਼ਨ ਫ੍ਰੀ ਹੋ ਜਾਵਾਂਗੀ। ਮੈਂ ਬਸ ਜਲਦੀ ਕਰ ਦਿੰਦਾ, ਤੁਸੀਂ ਫਿਕਰ ਨਾ ਕਰੋ, ਹੁਣ ਆਰਾਮ ਨਾਲ ਸੌਂ ਜਾਓ। ਠੀਕ ਹੈ ਜੀ। ਚੰਗਾ, ਧਿਆਨ ਰੱਖਿਓ ਜੀ ਆਪਣਾ। ਤੁਸੀਂ ਵੀ ਜੀ। ਓਕੇ, ਬਾਏ ਬਾਏ। ਕੱਲ ਰਾਤ ਦੀ ਨਾ ਜੀ ਜਦੋਂ ਆਪਣੀ ਗੱਲ ਹੋਈ, ਉਦੋਂ ਬਾਅਦ ਮੈਂ ਹੁਣ ਹੀ ਸੁੱਤਾ, ਮੈਨੂੰ ਤਾਂ ਸਾਰੀ ਰਾਤ ਤੁਹਾਡੀ ਯਾਦ ਆਈ ਗਈ। ਸੱਚੀ ਇੰਨਾ ਪਿਆਰ ਕਰਦੇ ਹੋ ਮੈਨੂੰ? ਲੈ ਦੱਸੋ, ਮੈਂ ਤਾਂ ਜਿੱਦਾਂ ਦਾ ਤੁਹਾਨੂੰ ਦੇਖਿਆ ਨਾ, ਮੈਂ ਤਾਂ ਤੁਹਾਡੇ ਮਗਰ ਹੀ ਲੱਗਿਆ ਰਹਿੰਦਾ, ਮੈਂ ਨਹੀਂ ਕੋਈ ਕੰਮ ਕੁੰਮ ਹੋਰ ਕਰਦਾ ਜੀ। ਇੰਨਾ ਵੀ ਨਾ ਯਾਦ ਕਰਿਆ ਕਰੋ ਮੈਨੂੰ, ਸਾਰਾ ਦਿਨ ਮੈਨੂੰ ਹਿਚਕੀਆਂ ਹੀ ਲੱਗੀਆਂ ਰਹਿੰਦੀਆਂ ਨੇ। ਹਾਂ, ਜਦੋਂ ਤੁਸੀਂ ਹੱਸਦੇ ਹੋ ਨਾ ਜੀ, ਬਾਲੇ ਸੋਹਣੇ ਲੱਗਦੇ, ਤੁਹਾਡੇ ਦੰਦ ਨਾ ਮੋਤੀਆਂ ਵਰਗੇ। ਥੈਂਕ ਯੂ ਜੀ।
ਉਹ ਜਿਹੜੀ ਤੁਸੀਂ ਰਾਤ ਮੈਨੂੰ ਪਰੇਸ਼ਾਨੀ ਦੱਸੀ ਨਾ ਜੀ ਆਪਦੀ, ਉਹ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਜੀ। ਮੈਂ ਤੁਹਾਡੇ ਬਾਰੇ ਸੋਚੀ ਗਿਆ। ਜਿਹੜੀ ਵੀ ਤੁਹਾਡੀ ਪਰੇਸ਼ਾਨੀ ਆ, ਹੁਣ ਤੋਂ ਬਾਅਦ ਉਹ ਆਪਣੀ ਦੋਨਾਂ ਦੀ ਪਰੇਸ਼ਾਨੀ ਆ। ਇੱਕ ਮਹੀਨਾ ਦੇ ਦਿਓ ਮੈਨੂੰ, ਇੱਕ ਮਹੀਨੇ ਵਿੱਚ ਐਂ ਤੁਹਾਡੀਆਂ ਟੈਨਸ਼ਨਾਂ ਦੂਰ ਹੋ ਜਾਣੀਆਂ। ਮੇਰੇ ਦੋਸਤ ਬਹੁਤ ਵਧੀਆ ਚੰਗੇ ਆ, ਜਦੋਂ ਮੈਂ ਦੱਸਦਾ ਨਾ ਉਹਨਾਂ ਨੇ ਆਪੇ ਹੀ ਸਾਰਾ ਇੰਤਜ਼ਾਮ ਕਰ ਦੇਣਾ। ਬਹੁਤ ਮਦਦ ਕਰਦੇ ਨੇ ਮੇਰੀ ਉਹ, ਤੁਸੀਂ ਫਿਕਰ ਨਾ ਕਰੋ। ਨਾਲੇ ਮੈਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਆ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ, ਆਪਣੀ ਪਰੇਸ਼ਾਨੀ ਮੈਨੂੰ ਦੱਸੀ। ਕੋਈ ਗੱਲ ਨਹੀਂ ਜੀ, ਮੈਂ ਵੀ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਿਲਾਉਣਾ ਚਾਹੁੰਦੀ ਹਾਂ। ਉਹ ਸਾਰੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਨੇ, ਪਰ ਮੈਂ ਚਾਹੁੰਦੀ ਹਾਂ ਕਿ ਉਸ ਤੋਂ ਪਹਿਲਾਂ ਤੁਸੀਂ 20 ਲੱਖ ਦਾ ਇੰਤਜ਼ਾਮ ਕਰ ਲਓ, ਤਾਂ ਕਿ ਤੁਹਾਨੂੰ ਮਿਲਾਉਣ ਲੱਗਿਆ ਤੁਹਾਡਾ ਸਟੇਟਸ ਵੀ ਉੱਚਾ ਦਿਖ ਸਕੇ। ਨਹੀਂ ਨਹੀਂ, ਬਹੁਤ ਵਧੀਆ ਸੋਚਿਆ ਤੁਸੀਂ, ਹੈ ਨਾ, ਫਿਰ ਮਿਲਣ ਦਾ ਵੀ ਸਵਾਦ ਆਊਗਾ ਜੀ, ਹੈ ਨਾ। ਬਸ ਫਿਰ ਇਹ ਤਾਂ ਕੰਮ ਹੋ ਗਿਆ, ਲਓ ਜੀ, ਬੇਫਿਕਰ ਹੋ ਜਾਓ ਤੁਸੀਂ। ਤੁਸੀਂ ਕਿੰਨੇ ਚੰਗੇ ਹੋ ਜੀ, ਸ਼ੁਭ ਚਿੰਤਕ ਜੀ। ਸ਼ੁਭ ਚਿੰਤਕ, ਸ਼ੁਭ ਚਿੰਤਕ। ਹਾਂ ਰਘੂ, 8 ਵਜੇ ਰੇਲਵੇ ਟਰੈਕ 'ਤੇ, 8 ਮਤਲਬ 8। ਅੱਜ ਤੱਕ ਤੁਸੀਂ ਮੇਰਾ ਸਾਥ ਦਿੱਤਾ ਅਤੇ ਮੈਂ ਤੁਹਾਡਾ। 20 ਰੇਡੀਆਂ ਦਾ ਕੰਮ ਤੁਹਾਡੇ ਕੋਲ ਸੀ ਅਤੇ 20 ਦਾ ਸੀ ਮੇਰੇ ਕੋਲ, ਪਰ ਕਿਸੇ ਨਵੇਂ ਪੈਸੇ ਦਾ ਅੱਜ ਤੱਕ ਫਰਕ ਨਹੀਂ ਪਿਆ। ਜਿਹੜੀ ਗੱਲ ਹੁਣ ਤੁਹਾਨੂੰ ਮੈਂ ਕਹਿਣ ਜਾ ਰਿਹਾ, ਆਪਦੇ ਖਾਨੇ 'ਚ ਪਾ ਲਓ। ਸਵਾਲ ਆ ਤੁਹਾਡੀ ਭਾਬੀ ਦਾ, ਮੈਨੂੰ 30 ਦਿਨਾਂ ਦੇ ਵਿੱਚ 20 ਲੱਖ ਰੁਪਈਆ ਚਾਹੀਦਾ। ਇਹ ਕਿਵੇਂ ਇਕੱਠਾ ਕਰੋਗੇ ਤੁਹਾਨੂੰ ਪਤਾ, ਚਾਹੇ ਚੋਰੀ ਕਰੋ ਚਾਹੇ ਕੋਈ ਡਾਕਾ ਮਾਰੋ ਅਤੇ ਭਾਵੇਂ ਕਰੋ ਕਿਸੇ ਦਾ ਮਰਡਰ, ਮੈਨੂੰ ਕੋਈ ਫਰਕ ਨਹੀਂ, ਪਰ 30 ਦਿਨਾਂ ਦੇ ਵਿੱਚ ਵਿੱਚ ਮੈਨੂੰ 20 ਲੱਖ ਰੁਪਈਆ ਚਾਹੀਦਾ। ਆ ਕੀ ਸਮਝ ਹੈ ਤੁਸੀਂ? ਸਾਡੇ ਤੋਂ ਸੀਨੀਅਰ ਹੋ ਕੇ ਵੀ ਬਾਈ ਜੀ ਅੱਜ ਤੱਕ ਸਾਡੇ ਨਾਲ ਕੋਈ ਫਰਕ ਨਹੀਂ ਕਰਿਆ,
15 ਦਿਨਾਂ ਦੇ ਅੰਦਰ ਅੰਦਰ 20 ਲੱਖ ਰੁਪਈਆ ਤੁਹਾਡੇ ਕੋਲ ਅਸੀਂ ਪਹੁੰਚਾ ਦੇਵਾਂਗੇ। ਰਹੀ ਗੱਲ ਭਾਬੀ ਦੀ, ਬਾਈ ਜੀ ਭਾਬੀ ਪਿੱਛੇ ਸਾਡੀ ਜਾਨ ਵੀ ਹਾਜ਼ਰ ਆ। ਇਹਦੀ ਲੋੜ ਨਹੀਂ ਪੈਣੀ, ਜਾਨ ਤਾਂ ਤੁਹਾਡੀ ਮੈਂ ਕੱਢੂੰ ਜੇ ਪੈਸਿਆਂ ਦਾ ਹੀਲਾ ਨਾ ਹੋਇਆ। ਪੀਹੂ ਬੇਟਾ, ਮੇਰਾ ਪੁੱਤ, ਦੇਖੋ ਮੈਂ ਕੀ ਲੈ ਕੇ ਆਇਆ, ਕਿੰਨੀਆਂ ਸਾਰੀਆਂ ਚੌਕਲੇਟ ਹੈ। ਆ ਦੇਖੋ, ਓ ਮੇਰਾ, ਥੈਂਕ ਯੂ ਅੰਕਲ ਜੀ। ਸ਼ਾਬਾਸ਼, ਚਲੋ ਖੇਡੋ ਬਈ। ਸਤਿ ਸ਼੍ਰੀ ਅਕਾਲ ਜੀ। ਇਹ ਸਭ ਤੁਸੀਂ ਜ਼ਿੰਮੇਦਾਰੀ ਹੋ ਜੀ ਮੇਰੀ। ਹੁਣ ਤੁਹਾਨੂੰ ਕਿਹਾ ਤਾਂ ਸੀ ਮੈਂ, ਆ ਲਓ ਸਮਾਨ ਘਰ ਵਾਸਤੇ। ਪਰ ਇਹ ਸਭ ਦੀ ਲੋੜ ਕੀ ਸੀ? ਲੈ ਦੱਸੋ, ਤੁਹਾਨੂੰ ਕਿਹਾ ਸੀ ਨਾ ਵੀ ਚੱਕ ਲਈ ਤੁਹਾਡੀ ਜ਼ਿੰਮੇਦਾਰੀ, ਹੁਣ ਨਹੀਂ ਤੁਸੀਂ ਘਰੋਂ ਬਾਹਰ ਪੈਰ ਪਾਉਣਾ ਕਦੇ ਮੇਰੇ ਹੁੰਦੇ ਜੀ। ਓਹੋ ਬਜ਼ੁਰਗੋ, ਠੀਕ ਹੋ ਤੁਸੀਂ ਜੀ? ਹੋਰ ਹਜ਼ੂਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ? ਨਹੀਂ। ਪੱਕਾ ਜੀ? ਚਲੋ ਮੈਂ ਚੱਲਦਾ। ਠੀਕ ਹੈ ਪੁੱਤ, ਬਾਏ। ਠੀਕ ਕਹਿੰਦੇ ਹਾਂ ਜੀ। ਚਾਚਾ ਜੀ, ਤੁਸੀਂ ਕੀ ਸੋਚ ਰਹੇ ਹੋ? ਮੈਂ ਤਾਂ ਆ ਸੋਚਦਾ ਪੁੱਤ ਕਿ ਹਰਾਮ ਦੀ ਕਮਾਈ ਦਾ ਲਿਆਂਦਾ ਹੋਇਆ ਸਮਾਨ ਆਪਣੇ ਹਜ਼ਮ ਹੋ ਜਾਓ। ਗੱਲ ਤਾਂ ਤੁਸੀਂ ਠੀਕ ਕਹਿ ਰਹੇ ਹੋ ਚਾਚਾ ਜੀ, ਪਰ ਹੁਣ ਕਰ ਵੀ ਕੀ ਸਕਦੇ ਆ? ਜੋ ਉਸ ਰੱਬ ਨੂੰ ਮਨਜ਼ੂਰ। ¶¶
ਆਵਾਂਗੇ ਤੁਸੀਂ? ਇਹ ਕੀ ਹੈ? ਲੱਕ ਗਿਆ ਸੀ ਨਾ ਪੂਰਿਆ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡੀਆਂ ਪਰੇਸ਼ਾਨੀਆਂ ਆਏ। ਹਾਂ, ਹੁਣ ਮੈਂ ਕਹਿ ਸਕਦੀ ਹਾਂ ਕਿ ਮੇਰੀ ਪਸੰਦ ਗਲਤ ਨਹੀਂ ਹੈ। ਮੈਂ ਤਾਂ ਭੀਮ ਨੂੰ ਵੀ ਕਹਿੰਦਾ ਹੁੰਦਾ ਕਿ ਮੇਰੀ ਪਸੰਦ ਲੱਖਾਂ 'ਚ ਇੱਕ ਆ। ਮੈਂ ਤਾਂ ਰੱਬ ਦਾ ਸ਼ੁਕਰ ਕਰਦਾ ਮੇਰੀ ਕਿਸਮਤ 'ਚ ਤੁਸੀਂ ਆਏ। ਅੱਛਾ ਅੱਛਾ, ਹੁਣ ਜ਼ਿਆਦਾ ਰੋਮੈਂਟਿਕ ਨਾ ਹੋਵੋ। ਲੈ ਦੱਸੋ, ਕਮਾਲ ਕਰਦੇ ਹੋ, ਉਹ ਰੋਮੈਂਟਿਕ ਹੋਣ ਲਈ ਤਾਂ ਇੰਨੀ ਜਲਦੀ ਪੈਸੇ ਇਕੱਠੇ ਕੀਤੇ ਆ। ਮੇਰੀ ਗੱਲ ਸੁਣ ਲਓ, ਹੁਣ ਮੈਂ ਤਾਂ ਜਾਂਦੀ ਸਾਰੀ ਸ਼ੇਰਵਾਨੀ ਵਕਰਾ ਦੇਣੀ ਆ, ਮੇਰੇ ਤੋਂ ਨਹੀਂ ਹੁਣ ਸਬਰ ਹੁੰਦਾ ਵਾਲਾ। ਠੰਡ ਰੱਖੋ ਜੀ, ਠੰਡ, ਇੰਨੀ ਕਾਲ ਵੀ ਨਾ ਕਰੋ। ਪਹਿਲਾਂ ਮੈਂ ਤੁਹਾਨੂੰ ਆਪਣੇ ਘਰਦਿਆਂ ਨਾਲ ਮਿਲਾ ਤਾਂ ਦਾਂ, ਬਾਕੀ ਦੀ ਪਲੈਨਿੰਗ ਅਸੀਂ ਫੇਰ ਕਰ ਲਾਂਗੇ। ਹਾਂ, ਜਿਵੇਂ ਤੁਹਾਨੂੰ ਠੀਕ ਲੱਗੇ, ਜੋ ਸਰਕਾਰ ਦਾ ਹੁਕਮ। ਚਲੋ ਹੁਣ ਮੈਂ ਚੱਲਦੀ ਹਾਂ। ਧਿਆਨ ਨਾ ਜਾਇਓ ਜੀ। ਜੀ ਬਾਏ, ਸ਼ੁਭ ਚਿੰਤਕ ਜੀ। ਆਏ ਸ਼ੁਭ ਚਿੰਤਕ। ਜੀ ਪੂਰੇ 20 ਲੱਖ। ਕਿਆ ਬਾਤਾਂ ਤਾਊ, ਉਦਣ ਤਾਂ ਤੁਸੀਂ ਬੜੀਆਂ ਦਵਾਈਆਂ ਪਾਈਆਂ ਸੀ ਬਾਈ, ਪੈਸੇ ਦਾ ਇੰਤਜ਼ਾਮ ਨਹੀਂ ਹੋਣਾ। ਮੈਨੂੰ ਪਤਾ ਸੀ ਪੁਰਾਣੇ ਸਾਪੋਂ ਕਿਸੇ ਨੂੰ ਵੀ ਡੰਗੋ ਇੰਤਜ਼ਾਮ ਦਾ ਕਰ ਹੀ ਲਾਉਂਗੇ। ਸਰ, ਬੜੀ ਮੁਸ਼ਕਿਲ ਨਾਲ ਇੰਤਜ਼ਾਮ ਕੀਤਾ। ਮੁਸ਼ਕਿਲ ਨਾਲ ਨਹੀਂ, ਸਾਡਾ ਵੀ ਤਾਂ ਮੁਕੱਦਰ ਕੰਮ ਕਰਦਾ। ਉਹ ਜੇ ਸਾਡੇ ਭਾਗਾਂ 'ਚ ਲਿਖੇ ਹੋਣਗੇ ਤਾਂ ਕਿਤੇ ਵੀ ਪਏ ਹੋਣਗੇ ਸਾਡੇ ਪਿੱਛੇ ਆ ਜਾਣਗੇ। ਨਾਲੇ ਮੇਰੇ ਮੁਕੱਦਰ ਨੇ ਅੱਜ ਤੱਕ ਮੈਨੂੰ ਧੋਖਾ ਨਹੀਂ ਦਿੱਤਾ। ਕਿਉਂ ਮੈਨੂੰ? ਸਰ, ਇਹ ਮੁੰਡਾ ਮੈਨੂੰ ਬਹੁਤ ਤੰਗ ਕਰਦਾ। ਤੁਸੀਂ ਜਾਓ ਤੇ ਸੌ ਜਾਓ। ਜੇ ਇਹਦਾ ਕੋਈ ਆਪਣਾ, ਉਹਨੂੰ ਕਹਿ ਦਿਓ ਰਾਸ਼ਨ ਕਾਰਡ 'ਚੋਂ ਨਾ ਕਟਾਉਣ ਦੀ ਤਿਆਰੀ ਕਰ ਲਏ, ਅਤੇ ਨਾਲੇ ਭੋਗ ਵਾਸਤੇ ਪਹਿਲਾਂ ਇੱਕ ਸੋਹਣੀ ਜਿਹੀ ਫੋਟੋ ਖਿਚਾ ਕੇ ਰੱਖ ਲਏ, ਬਾਅਦ 'ਚੋਂ ਹੀ ਨਹੀਂ ਲੱਭਦੀ। ਨਾਲੇ ਸਾਡੇ ਧੰਦੇ ਦਾ ਅਸੂਲ ਹੈ, ਵੈਸੇ ਆਪਾਂ ਨੂੰ ਅਸੂਲ ਦੱਸਣ ਦੀ ਲੋੜ ਤਾਂ ਨਹੀਂ। ਆਫ ਕੋਰਸ ਨਾਟ, ਹੁਣ ਤਾਂ ਆਪਾਂ ਵੱਡੇ ਹੋ ਗਏ। ਚਲੋ ਸਰ, ਕੰਮ ਹੋਣਾ ਚਾਹੀਦਾ। ਬੇਫਿਕਰ ਰਹੋ। ਕੌਣ ਹੋ ਤੁਸੀਂ? ਇੰਟਰਵਿਊ ਵੀ ਦੇ ਦਿਆਂਗੇ ਮਾਤਾ, ਪਹਿਲਾਂ ਥੋੜੀ ਕਾਰਵਾਈ ਤਾਂ ਪਾਲੀਏ। ਚਲੋ ਸਮਾਨ ਸੈੱਟ ਮਾਰ। ਐਂ ਕਿਵੇਂ ਸਿੱਟੋਗੇ ਤੁਸੀਂ ਸਮਾਨ?
ਪਹਿਲਾਂ ਗੱਲ ਦੱਸੋ ਕੀ ਹੈ। ਠਹਿਰ ਜਾਓ ਯਾਰ, ਠਹਿਰ ਕੇ ਸਿੱਟ ਦੇਣਾ। ਵਾਹ ਮਾਤਾ, 20 ਲੱਖ ਰੁਪਇਆ ਲੈ ਕੇ ਮੁੰਡਾ ਬਾਹਰ ਕਨੇਡਾ ਭੇਜਤਾ, ਉਹ ਉੱਥੇ ਐਸ਼ਾਂ ਕਰੀ ਜਾਂਦਾ ਤੇ ਤੂੰ ਇੱਥੇ ਇੱਕ ਟਾਈਮ ਦੇ ਕਿਲੋ ਕਿਲੋ ਆਲੂ ਖਾਈ ਜਾਂਦੀ ਹੈ। ਜਿਹਦੇ ਤੋਂ ਪੈਸਾ ਫੜਿਆ, ਨਾ ਮੂਲ ਨਾ ਵਿਆਜ, ਕਮਾਲ ਹੈ ਬਾਈ। ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਹਾਂ। ਮੈਂ ਆਪਦੇ ਪੁੱਤ ਦੀ ਜਿੱਦ ਕਰਕੇ ਸਾਰੇ ਪੈਸੇ ਵਿਆਜ 'ਤੇ ਚੱਕ ਕੇ ਉਹਨੂੰ ਬਾਹਰ ਭੇਜਿਆ। ਪਹਿਲਾਂ ਤਾਂ ਮੇਰੇ ਨੂੰਹ ਪੁੱਤ ਮੇਰਾ ਫੋਨ ਚੱਕਦੇ ਸੀ, ਪਰ ਹੁਣ ਤਾਂ ਮੇਰਾ ਉਹ ਫੋਨ ਵੀ ਨਹੀਂ ਚੱਕਦੇ ਅਤੇ ਮੇਰੀ ਨੂੰ ਸਾਰੇ ਪੈਸੇ ਆਪਦੇ ਪੇਕਿਆਂ ਨੂੰ ਭੇਜੀ ਜਾਂਦੀ ਹੈ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਨਾ 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 ਮਾਤਾ, ਕਿਸਮਤ ਨਹੀਂ, ਕਰਮੀ ਮਾੜੇ ਹੈ। ਪਹਿਲਾਂ ਤਾਂ ਇਹ ਜਿਹਾ ਨੂੰ ਆਪਾਂ ਚੱਕ ਕੇ ਕਨੇਡਾ ਭੇਜਦੇ ਹਾਂ, ਆ ਇੰਨੀ ਜ਼ਮੀਨ ਉਹਦੇ ਵਾਸਤੇ ਸੰਭਾਲ ਕੇ ਬੈਠੀ ਹੈ, ਇੱਕ ਅੱਧਾ ਕਿੱਲਾ ਝਾੜ, ਸਾਡਾ ਮੂਲ ਵਿਆਜ ਉਤਰੇ, ਅਸੀਂ ਵੀ ਪ੍ਰੋਜੈਕਟ ਦੀ ਫਾਈਲ ਬੰਦ ਕਰੀਏ। ਕਿਉਂ ਬਈ ਮੁੰਡਿਓ, ਇਹਨਾਂ ਦੀਆਂ ਵੀ ਬਣਾਉਣਾ ਘਸੀਆਂ। ਮੈਨੂੰ ਮਾਫ਼ ਕਰ ਦਿਓ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਓਹੋ, ਗਲਤੀ ਤਾਂ ਸਾਡੇ ਤੋਂ ਹੋ ਗਈ ਮਾਤਾ, ਜਿਹੜਾ ਇੰਨਾ ਨਿਮਰਤਾ ਨਾਲ ਪੇਸ਼ ਆ ਰਿਹਾ। 100 ਚੋਂ 99% ਲੋਕ ਫਕੀਰ ਹੈ, ਆਪਣੇ ਕਰਮਾਂ ਕਰਕੇ ਅਤੇ ਮੁਕੱਦਰ ਕਰਕੇ। ਮੇਰੀ ਲੰਮੇ ਲੰਮੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ 1% 'ਚ ਹੀ ਰਹਿਣ ਦਿਓ। ਬੜੀ ਮੁਸ਼ਕਿਲ ਨਾਲ ਪਹੁੰਚੇ ਹਾਂ, ਆਹ ਪਾਰਟੀਆਂ ਬਣਾਉਣਾ ਪਾ ਪਾ ਕੇ ਮੁੰਡਿਆਂ ਨੇ ਬਦਮਾਸ਼ੀਆਂ ਕੀਤੀਆਂ। ਪੇਸ਼ਾ ਭਾਵੇਂ ਮੇਰਾ ਬਦਮਾਸ਼ੀ ਹੈ, ਪਰ ਸਵਾਦ ਆ ਬਹੁਤ ਚੰਗਾ, ਸਵਾਦ ਆ ਮਾੜਾ ਨਹੀਂ ਮੈਂ। ਮਨੂ ਜੀ ਡਾਰਲਿੰਗ, ਆਈ ਐਮ ਮਿਸਿੰਗ ਮਿੱਛੀ ਮਿੱਛੀ। ਮਾਤਾ ਨੂੰ ਸਮਝਾ ਨਾ, 1-1.5 ਕਿੱਲਾ ਆਪਣੇ ਦੇ ਝਾੜ ਦੇ, ਅਸੀਂ ਵੀ ਆਫਿਸ ਪਾਲੀਏ, ਨਾਲੇ ਮਾਤਾ ਦੀ ਕਦਰ ਵੀ ਕਰਿਆ ਕਰਾਂਗੇ। ਚਲੋ ਲੈਟਸ ਬੀ ਪ੍ਰੋਫੈਸ਼ਨਲ। ਮਾਤਾ, ਮੇਰੀ ਖੂਬਸੂਰਤ ਸ਼ਕਲ 'ਤੇ ਨਾ ਜਾਈ, ਚੁਟਕਲੇ ਵਾਲੀਆਂ ਗੱਲਾਂ 'ਤੇ ਨਾ ਜਾਈ, ਮਹੀਨੇ ਦਾ ਟਾਈਮ ਹੈ, ਬਾਕੀ ਤੂੰ ਸਮਝੀਏ। ਚਲੋ ਬਈ। ਬਾਈ, ਤੁਸੀਂ ਤਾਂ ਹਜੇ ਇੱਕੋ ਹੀ ਫੈਰ ਮਾਰਿਆ ਸੀ, ਸਾਲੇ ਵੱਡੇ ਬਦਮਾਸ਼ ਭੱਜ ਗਏ, ਭੱਜਦਿਆਂ ਨੂੰ ਰਾਹ ਨਹੀਂ ਸੀ ਮਿਲ ਰਿਹਾ, ਸਾਲੇ ਪੈਂਟ ਗਿੱਲੀ ਕਰ ਗਏ। ਸਮਰੇ, ਇਹਨਾਂ ਨੂੰ ਬਦਮਾਸ਼ ਨਹੀਂ ਕਹਿੰਦੇ ਹੁੰਦੇ, ਇਹਨਾਂ ਨੂੰ ਕਹਿੰਦੇ ਆ ਪੰਜਾਬੀ 'ਚ ਸ਼ਲਾਰੂ। 2-2 ਹਜ਼ਾਰ ਰੁਪਈਏ ਦੀਆਂ ਪਿਸਤੌਲਾਂ ਰੱਖੀਆਂ ਹੁੰਦੀਆਂ ਫੋਟੋਆਂ ਖਿਚਾਉਣ ਨੂੰ, ਉਹ 1800 ਦੀ ਲੱਕੜ ਹੁੰਦੀ ਹੈ ਅਤੇ 200 ਦਾ ਤੁਹਾਨੂੰ ਪਤਾ ਇੰਡੀਆ 'ਚ ਮਿਲਦਾ ਕੀ ਹੈ। ਇਹਨਾਂ ਨੇ ਚਲਾਉਣੀਆਂ ਤਾਂ ਹੁੰਦੀਆਂ ਨਹੀਂ, ਪਿੱਠਾਂ ਦੇ ਖਾਰਿਸ਼ ਕਰਕੇ ਫੇਰ ਟੰਗ ਦਿੰਦੇ। ਬਾਕੀ ਮੇਰੀ ਸਲਾਹ ਹੈ ਤੁਹਾਨੂੰ ਸਾਰਿਆਂ ਨੂੰ, ਇੱਦਾਂ ਦੇ ਕੰਮ ਫੜਿਆ ਕਰੋ, ਇਹਦੇ 'ਚ ਪ੍ਰੋਫਿਟ ਜ਼ਿਆਦਾ। 1 ਗੋਲੀ ਦਾ ਖਰਚਾ ਅਤੇ ਗੈਂਗਵਾਰ ਜਿੰਨਾ ਪ੍ਰੋਫਿਟ। ਹਾਲੋ ਚੱਕੋ, ਅੱਜ ਐਸ਼ ਕਰੋ ਤੁਸੀਂ ਸਾਰੇ। ਚਲੋ ਓਏ। ਮਨੂ, ਯੂ ਆਰ ਲੁਕਿੰਗ ਸੋ ਬਿਊਟੀਫੁਲ। ਬੇਬੀ, ਤੁਸੀਂ ਭੁੱਲ ਗਏ, ਤੁਸੀਂ ਤਾਂ ਮੈਨੂੰ 2 ਕਿਊਟ ਦੀ ਕਿੱਟ ਲਿਆ ਕੇ ਦਿੱਤੀ ਸੀ। ਸੀ 2 ਕਿਊਟ। ਓਹੋ, 2 ਕਿਊਟ, ਯੂ ਆਰ ਕਿਊਟ, ਬਟ ਇਟ ਹੈਸ ਮੇਡ ਯੂ 2 ਕਿਊਟ। ਮੇਰਾ ਮਨੂ ਮਾਡਲ ਬਣ ਗਿਆ। ਲਵ ਯੂ ਸੋ ਮਚ 2 ਕਿਊਟ। ਆਈ ਲਵ ਯੂ 2 ਕਿਊਟ, ਸੋ ਨਾਈਸ, ਥੈਂਕ ਯੂ। ਹੈਲੋ। ਹਾਂਜੀ, ਅੱਜ ਤੁਸੀਂ ਕਿਵੇਂ ਯਾਦ ਕਰ ਲਿਆ? ਉਹ ਕੀ ਹੈ ਨਾ,
ਕਿ ਤੁਸੀਂ ਮੇਰੇ ਲਈ ਇੰਨਾ ਕੁਝ ਕੀਤਾ ਤੇ ਹੁਣ ਮੇਰਾ ਵੀ ਤਾਂ ਕੁਝ ਫਰਜ਼ ਬਣਦਾ ਹੈ ਨਾ ਜੀ। ਲੈ ਦੱਸੋ, ਮੈਂ ਤੁਹਾਨੂੰ ਆਪਣਾ ਸਮਝਿਆ ਤਾਂ ਮੇਰਾ ਵੀ ਕੋਈ ਫਰਜ਼ ਬਣਦਾ ਨਾ ਕੁਝ ਕਰਨ ਦਾ, ਤੁਸੀਂ ਤਾਂ ਐਵੇਂ ਬਸ ਸੋਚ ਰਹੇ ਹੋ। ਥੈਂਕ ਯੂ ਜੀ। ਮੈਂ ਤੁਹਾਨੂੰ ਇਸ ਲਈ ਕਾਲ ਕੀਤੀ ਹੈ ਨਾ ਕਿ ਤੁਸੀਂ ਅੱਜ ਨਾ ਸ਼ਾਮ ਨੂੰ 7 ਵਜੇ ਨਾ ਗ੍ਰੀਨ ਪਾਰਕ ਆ ਜਾਇਓ। ਹਾਂ, ਅੱਛਾ, ਕੋਈ ਹੋਰ ਵੀ ਆ ਰਿਹਾ? ਉਹ ਤੁਸੀਂ ਕਿਹਾ ਸੀ ਨਾ ਉਹ ਕੰਮ ਹੋਣ ਤੋਂ ਬਾਅਦ ਘਰਦਿਆਂ ਨਾਲ ਮਿਲਾਓਗੇ। ਤੁਸੀਂ ਨਾ ਚੰਗੀ ਤਰ੍ਹਾਂ ਤਿਆਰ ਹੋ ਕੇ ਆਉਣਾ, ਹਾਂ, ਸੋਹਣੇ ਜਿਹੇ ਬਣ ਕੇ। ਉਹ ਕੀ ਹੈ ਨਾ ਕਿ ਮੇਰੇ ਕੋਲ ਤੁਹਾਡੇ ਲਈ ਨਾ ਇੱਕ ਸਰਪ੍ਰਾਈਜ਼ ਹੈ। ਲੈ ਦੱਸੋ, ਤੁਸੀਂ ਬੁਲਾਓ ਤੇ ਮੈਂ ਨਾ ਆਵਾਂ? ਮੈਂ ਤਾਂ ਪਹਿਲਾਂ ਹੀ ਪਹੁੰਚ ਜਾਣਾ ਜੀ ਤੁਹਾਡੇ ਤੋਂ। ਠੀਕ ਹੈ ਜੀ, ਫਿਰ ਮਿਲਦੇ ਹਾਂ ਜੀ। ਮਿਲਦੇ ਹਾਂ ਜੀ, ਹੈ ਨਾ? ਠੀਕ ਹੈ, ਠੀਕ ਹੈ ਜੀ। ਆ ਗਏ ਤੁਸੀਂ? ਆਉਂਦਾ ਕਿਵੇਂ ਨਾ, ਤੁਸੀਂ ਬੁਲਾਏ ਇੰਨੇ ਪਿਆਰ ਨਾਲ ਸੀ। ਅੱਜ ਮੈਂ ਬਹੁਤ ਖੁਸ਼ ਹਾਂ। ਦੇਖ, ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ। ਬਹੁਤ ਖੁਸ਼ ਹਾਂ ਜੀ ਮੈਂ। ਮੈਂ ਵੀ ਸੱਚੀ। ਨਾ, ਤੂੰ ਕੀ ਸੋਚਿਆ ਸੀ ਹੈ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ? ਮੇਰੇ ਨਾ ਇੰਨੇ ਮਾੜੇ ਦਿਨ ਨਹੀਂ ਆਏ ਕਿ ਮੈਂ ਤੇਰੇ ਜੈਸੇ ਨਿਕੰਮੇ ਨਾਲ ਪਿਆਰ ਕਰਾਂ। ਘਰ ਬਸਾਉਂਦੇ ਸੁਪਨੇ ਦੇਖੇ ਸੀ, ਫਿਰ ਦੌਰਾ ਬਸ ਦੁਨੀਆਂ 'ਚ ਮੇਰਾ ਕੋਈ ਨਹੀਂ ਸੀ। ਮੈਨੂੰ ਸੀ ਤੂੰ ਮੇਰੀ ਜ਼ਿੰਦਗੀ 'ਚ ਆਈਆਂ, ਮੈਂ ਸਾਰੇ ਬੁਰੇ ਕੰਮ ਛੱਡ ਦੂੰ। ਪਰ
ਫਿਰ ਵੀ ਕੋਈ ਬੰਦਾ ਜੇ ਸੁਧਰਨਾ ਵੀ ਚਾਹੇ ਤਾਂ ਤੇਰੇ ਵਰਗੀ ਹੋਰ ਤਚਾਤ ਨੂੰ ਸੁਧਰ ਨਹੀਂ ਦਿੰਦੀ। ਮੈਂ ਤੈਨੂੰ ਰੱਬ ਸਮਝਦਾ ਸੀ, ਪਰ ਤੂੰ ਤਾਂ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਰਹੀ। ਪਰ ਜੇ ਹੁਣ ਮਾਰਨਾ ਆ ਨਾ ਤਾਂ ਚੱਜ ਨਾ ਮਾਰੀ, ਜੇ ਮੇਰੇ ਚ ਇੱਕ ਵੀ ਸਾਹ ਬਚ ਗਿਆ ਨਾ ਮੈਂ ਤੇਰਾ ਅੱਧਾ ਵੀ ਨਹੀਂ ਰਹਿਣ ਦੇਣਾ। ਸਾਲੇ ਆਸ਼ਕੀਆਂ ਚ ਫੇਲ ਹੋਏ ਵੀ ਸ਼ਹੀਦਾਂ ਵਰਗੇ ਡਾਇਲੋਗ ਬੋਲਣ ਲੱਗ ਪਏ। ਉਹ ਤੇਰੇ ਵਰਗੀਆਂ ਧਮਕੀਆਂ ਤਾਂ ਅੱਜ ਕੱਲ੍ਹ ਫਿਲਮਾਂ 'ਚ ਦੇਣੋਂ ਹਟ ਗਏ। ਜੇ ਮੈਂ ਨਾ ਹੁੰਦਾ ਤਾਂ ਡਿਕਸ਼ਨਰੀ ਵਿੱਚ ਕਮੀਨੇ ਸ਼ਬਦ ਦੀ ਕੋਈ ਬਹੁਤ ਲੋੜ ਨਹੀਂ ਸੀ। ਕਿਉਂ ਵੀ ਹਾਸਾ ਖਤਮ, ਬੰਦਾ ਖਤਮ, ਫਿਰ ਪਹਿਲਾਂ ਹਾਸਾ ਸ਼ੁਰੂ ਤਾਂ ਕਰ ਲਈਏ। ਕਰੋ